सब्सक्राइब करें चर्चिकला टाइम टीवी को और लेटेस्ट अपडेट पाने के लिए प्रेस करें बेल आइकन को। पद पंकज बंदन सिमरौ श्री अंगद दुख निगंदन गुरु अमरदास हृदय नित ध्याव हृदय नित ध्याव श्री गुरु रामदास गुण गाव गुरु अर्जन विघ्नन के नाशक विघ्नन के नाशक हर गोविंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाय गुरु तेग बहादुर परम कृपाला परम कृपाला श्री गुरु गोविंद सिंह विशाल धरों धरा पर पुन पुन सीसा पुन पुन सीसा बंदौ बार बार जगदीसा दोहरा जिसमह अमृत ज्ञान है माणक भक्त बैराग श्री गुरु ग्रंथ साहिब उदद बंदौ करे अनुराग कंकारा सतगुरु ते प्रसाद सच होए वाहे गुरु जी की फतेह बिघ्न विनाशन सोए वाहे गुरु जी की फतेह बिघ्न विनाशन सोए सतनाम श्री वाहिगुरु साहिब जी सुनी भूप उर अचरज तारा मन सुख को पठ मन जहकारा एक नालेर रजत पण संगा गहो सहोले पेटन संगा सतगुरु जी दी साजी निवाजी परम सन्मान योग गुरु खालसा साध संग जियो फतेह गजाओ वाहे गुरु जी का खालसा वाहे गुरु जी की फतेह। सो साध संग जी आप सारे ही बड़भागे हो जिथे अकाल पुरख वाहिगुरु पार ब्रह्म परमेसर दे सरगुण स्वरूप दसवें गुरु नानक श्री गुरु गोबिंद सिंह साहिब जी महाराज ने धर्म चलावन संत उबारन दुष्ट सभन को मूल उपारन दे वास्ते अवतार धारिया अपना आप प्रकाश किया उस महान पवित्र स्थान तखत श्री हरिमंदर जी पटना साहिब दे सचखंड दरबार दियाँ हाजरियाँ भरते हुए अपना लोक परलोक सुहेला बना रहे हो कलगी धर दशमेश पिता जी दियाँ खुशियाँ प्राप्त कर रहे हो यही बड़िया भागों की निशानी है अते ए सब सतगुरु महाराज जी की बख्शिश
ਰਹਿਮਤ ਦਾ ਸਦਕਾ ਹੈ। ਸੋ ਸਾਧ ਸੰਗਤ ਜੀ, ਇਸ ਸਮੇਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਬਾਦ ਇਤਿਹਾਸ ਚੱਲ ਰਿਹਾ ਹੈ। ਕੱਲ੍ਹ ਦੇ ਪ੍ਰਕਰਨ ਅੰਦਰ ਆਪ ਸਾਰਿਆਂ ਨੇ ਸਰਵਣ ਕੀਤਾ, ਭਾਈ ਬਾਲਾ ਜੀ ਇਹ ਸਾਰੀ ਕਥਾ ਸਤਿਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਸਰਵਣ ਕਰਾ ਰਹੇ ਹਨ। ਕਹਿ ਰਹੇ ਨੇ, ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ, ਭਾਈ ਮਨਸੁਖ ਦੀ ਬਿਰਤਾਂਤ ਸੁਣਨਾ ਕਰੋ। ਜਿਸ ਤਰ੍ਹਾਂ ਉਹ ਵਣਜ ਵਪਾਰ ਦਾ ਸੌਦਾ ਪੱਤਾ ਲੈ ਕਰਕੇ ਰਾਜੇ ਸ਼ਿਵਨਾਭ ਦੀ ਨਗਰੀ ਵਿਖੇ ਪੁੱਜਾ, ਸੰਗਲਾ ਦੀਪ ਜੋ ਬਹੁਤ ਵੱਡਾ ਨਗਰ ਹੈ, ਉੱਥੇ ਵਸਤੂਆਂ ਲੈ ਕਰਕੇ ਉਸ ਨਗਰ ਵਿਖੇ ਪ੍ਰਵੇਸ਼ ਹੋਇਆ, ਜਿੱਥੋਂ ਦਾ ਰਾਜਾ ਸ਼ਿਵਨਾਭ ਵੱਡਾ ਰਾਜਾ ਸੀ, ਕਰਮ ਧਰਮ ਬਹੁਤ ਕਰਦਾ ਸੀ ਔਰ ਸਾਲਗ੍ਰਾਮ ਠਾਕੁਰ ਦੀ ਉਪਾਸਨਾ ਪੂਜਾ ਅਰਚਨਾ ਕਰਦਾ ਸੀ, ਇਕਾਦਸ਼ੀ ਦਾ ਵਰਤ ਆਪ ਰੱਖਦਾ, ਸਾਰੀ ਪ੍ਰਜਾ ਕੋਲੋਂ ਰਖਵਾਉਂਦਾ ਸੀ। ਇਕਾਦਸ਼ੀ ਵਾਲੇ ਦਿਨ ਸਾਰੀ ਪ੍ਰਜਾ ਬਿਨਾਂ ਭੋਜਨ ਤੋਂ ਰਹਿੰਦੀ ਸੀ, ਨਿਰਾਹਾਰੀ ਰਹਿ ਕਰਕੇ ਇਕਾਦਸ਼ੀ ਦਾ ਵਰਤ ਸਾਰੇ ਰੱਖਦੇ ਸਨ। ਉਸ ਦਿਨ ਕੋਈ ਵੀ ਭੋਜਨ ਨਹੀਂ ਸੀ ਛਕਦਾ। ਪਾਨ ਉਦੈ ਤੇ ਕਰੇ ਸਨਾਨਾ, ਅਤੇ ਸੂਰਜ ਉਦੈ ਹੋਣ ਤੋਂ ਬਾਅਦ ਇਸ਼ਨਾਨ ਕਰਦੇ, ਤਿਲਕ ਲਗਾਉਂਦੇ ਮੱਥੇ 'ਤੇ, ਨਾਨਾ ਪ੍ਰਕਾਰ ਦੇ। ਇਸ ਪ੍ਰਕਾਰ ਦੀ ਰੀਤੀ ਉਸ ਰਾਜੇ ਦੀ ਸੀ। ਆਪ ਕਰੇ ਕੀ ਦੇਸ਼ ਨਿਦੇਸਾ, ਉਹ ਆਪ ਵੀ ਇਹਨਾਂ ਗੱਲਾਂ ਦਾ ਧਾਰਨੀ ਸੀ ਅਤੇ ਆਗਿਆ ਦੇ ਕੇ ਸਾਰੇ ਦੇਸ਼ ਕੋਲੋਂ ਵੀ ਔਰ ਪੂਜਾ ਵਰਤ ਨੇਮ ਆਦਿਕ ਸਭ ਕਰਾਉਂਦਾ ਸੀ। ਸੋ ਉਸ ਨਗਰ ਵਿਖੇ ਸੰਗਲਾ ਦੀਪ ਵਿਖੇ ਭਾਈ ਮਨਸੁਖ ਜਾ ਕੇ ਪ੍ਰਵੇਸ਼ ਹੋਇਆ ਔਰ ਜਿਸ ਦੇ ਵਿੱਚ ਵਿਸ਼ੇਸ਼ ਕਰਕੇ ਸਿੱਖੀ ਦੀ ਰੀਤ ਹੈ, ਜੋ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਕਹੀ ਹੋਈ ਆਗਿਆ ਅਨੁਸਾਰ ਚੱਲਦਾ ਹੈ। ਸੰਗਲਾ ਦੀਪ ਜਾਣ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਆਪਣੀ ਰਸਨਾ ਤੋਂ ਕੁਝ ਸ਼ਬਦ ਉਚਾਰਨ ਕਰੋ, ਮੈਂ ਲਿਖ ਲੈਂਦਾ ਔਰ ਰਾਹ ਵਿੱਚ ਪੜ੍ਹਦਾ ਜਾਵਾਂਗਾ ਔਰ ਉੱਥੇ ਜਾ ਕਰਕੇ ਵੀ ਦਿਨ ਰਾਤ ਆਪ ਜੀ ਦੀ ਬਾਣੀ ਦਾ ਪਾਠ ਕਰਾਂਗਾ, ਸਿਮਰਨ ਕਰਾਂਗਾ। ਸੋ ਇਸ ਪ੍ਰਕਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨਾਂ 'ਤੇ ਪਹਿਰਾ ਦਿੰਦਾ, ਸਭਾ ਪਹਿਰ ਰਾਤ ਰਹਿੰਦੀ ਇਸ ਜਾ ਕੇ ਇਸ਼ਨਾਨ ਕਰਦਾ, ਇੱਕ ਮਨ ਇੱਕ ਚਿੱਤ ਹੋ ਕਰਕੇ ਕੀਰਤਨ ਜਸ ਗਾਇਨ ਕਰਦਾ, ਗੁਰਾਂ ਦੇ ਸ਼ਬਦ ਨੂੰ ਜੋ ਲਿਖਿਆ ਹੋਇਆ ਸੀ ਬਹੁਤ ਸਾਰਾ ਉਸਦਾ ਪਾਠ ਕਰਦਾ ਹੈ। ਹੋਰ ਭਾਈ ਪੰਚਾਮ੍ਰਿਤ ਕਰਕੇ ਸਵੇਰ ਹੋਣ 'ਤੇ ਪੰਚਾਮ੍ਰਿਤ ਕੜਾਹ ਪ੍ਰਸਾਦ ਤਿਆਰ ਕਰਕੇ ਅਰਦਾਸਾ ਸੋਧ ਕਰਕੇ ਹਿਰਦੇ ਵਿੱਚ ਗੁਰੂ ਚਰਨਾਂ ਦਾ ਧਿਆਨ ਧਾਰ ਕੇ ਔਰ ਭੋਗ ਲਗਾ ਕਰਕੇ ਨਿਕਟ ਨਰਨ ਸਭ ਹੀ ਕੋ ਦੈ ਕਰ, ਨੇੜੇ ਤੇੜੇ ਜਿੰਨੇ ਵੀ ਲੋਕ ਹੁੰਦੇ ਸਨ ਉਹਨਾਂ ਨੂੰ ਵਰਤਾ ਕੇ ਪੁਨਾ ਆਪ ਉਹ ਪ੍ਰਸਾਦ ਛਕਦਾ। ਇਸ ਪ੍ਰਕਾਰ ਨਿਤਨੇਮ ਨਿਭਾਹੈ, ਬਣਜ ਕਰੇ ਪੁਨ ਪਾਵਤ ਲਾਹੈ। ਇਸ ਪ੍ਰਕਾਰ ਨਿਤਨੇਮ ਕਰਕੇ ਫਿਰ ਵਣਜ ਵਪਾਰ ਕਰਦਾ, ਬਹੁਤ ਹੀ ਲਾਭ ਪ੍ਰਾਪਤ ਹੁੰਦਾ ਉਸਨੂੰ। ਸੰਧਿਆ ਹੋਵੇ ਤਬਹਿ ਗੁਰਬਾਣੀ, ਇਸੇ ਤਰ੍ਹਾਂ ਸੰਧਿਆ ਵੇਲੇ ਆ ਕਰਕੇ ਗੁਰਬਾਣੀ ਦਾ ਪਾਠ ਕਰਦਾ ਹੈ। ਪ੍ਰੀਤੀ ਦੇ ਸਹਿਤ ਸ੍ਰੀ ਨਾਨਕ ਕੀ ਮੂਰਤ ਧਿਆਨਾ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਧਾਰਦਾ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੈ ਚਰਨ ਹਿਰਦੈ ਲੈ ਧਾਰੋਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋਂ। ਇਹ ਨਿਯਮ ਨਿਭਾਉਂਦਾ ਹੈ ਭਾਈ ਮਨਸੁਖ। ਇਸ ਤਰ੍ਹਾਂ ਦੀ ਭਾਈ ਮਨਸੁਖ ਦੀ ਰੀਤੀ ਦੇਖ ਕਰਕੇ ਸੰਗਲਾ ਦੀਪ ਦੇ ਮਨੁੱਖ ਜਿਹੜੇ ਹਨ ਉਹ ਈਰਖਾ ਕਰਦੇ ਹਨ ਔਰ ਮੁੱਖੋਂ ਹੱਸਦੇ ਹਨ, ਨਿੰਦਾ ਕਰਦੇ ਹਨ। ਸੋਭ ਮਾਰਗ ਕੀ ਗਤ ਨਹਿ ਬਿੰਦ ਹੈ, ਜੋ ਸੋਭ ਮਾਰਗ ਦੀ ਗਤੀ ਰਾਹ ਨੂੰ ਨਹੀਂ ਜਾਣਦੇ ਉਹ ਤਰਕ ਕਰਦੇ ਹਨ ਕਿ ਹਿੰਦੂ ਕਹਾਉਂਦਾ ਹੈ ਪਰ ਧਰਮ ਤੋਂ ਹੀਣਾ ਹੈ ਔਰ ਬਿਨਾਂ ਇਹ ਪੂਜਾ ਵਰਤ ਨੇਮ ਤੋਂ ਵੀ ਖਾਲੀ ਹੈ, ਸਾਲਗ੍ਰਾਮ ਦੀ ਸੇਵਾ ਨਹੀਂ ਕਰਦਾ, ਪੂਜਾ ਨਹੀਂ ਕਰਦਾ, ਮੱਥੇ 'ਤੇ ਤਿਲਕ ਨਹੀਂ ਲਾਉਂਦਾ। ਸਗਰੇ ਨਗਰ ਪ੍ਰਗਟ ਸੁਧ ਹੋਈ, ਸਾਰੇ ਸੰਗਲਾ ਦੀਪ ਨਗਰ ਵਿਖੇ ਖਬਰ ਫੈਲ ਗਈ। ਇਹ ਸਾਰੇ ਕਹਿਣ ਲੱਗੇ ਧਰਮ ਤੋਂ ਹੀਣਾ ਹੈ, ਭ੍ਰਿਸ਼ਟ ਹੈ, ਇਹ ਕੋਈ ਭ੍ਰਿਸ਼ਟ ਬਾਣੀਆਂ ਆਇਆ ਹੈ। ਭੂਪਤ ਕੇ ਟਿਕ ਜਾਏ ਸੁਣਾਇਓ, ਲੋਕਾਂ ਨੇ ਜਾ ਕੇ ਰਾਜੇ ਸ਼ਿਵਨਾਭ ਦੇ ਪਾਸ ਬੇਨਤੀ ਕੀਤੀ ਕਿ ਸਿੰਧ ਪਾਰ 'ਤੇ ਸਾਹ ਇੱਕ ਆਇਓ,
ਕਿ ਸਮੁੰਦਰ ਪਾਰ ਤੋਂ ਇੱਕ ਸਾਹੂਕਾਰ ਆਇਆ ਹੈ, ਹਿੰਦੂ ਧਰਮ ਨਾ ਕੋ ਤੇ ਮਾਹੀ। ਆਪਣੇ ਆਪ ਨੂੰ ਹਿੰਦੂ ਕਹਾਉਂਦਾ ਪਰ ਹਿੰਦੂਆਂ ਵਾਲੇ ਕੋਈ ਲੱਛਣ ਨਹੀਂ ਹਨ ਉਸਦੇ ਵਿੱਚ। ਅਤੇ ਜਗਤੇ ਨਈ ਰੀਤ ਕੋ ਰਾਹੀ, ਜਗਤ ਵਿੱਚ ਨਵੀਂ ਰੀਤ ਪਾ ਕਰਕੇ ਉਸ ਰਾਹ 'ਤੇ ਆਪ ਤੁਰਦਾ ਹੈ, ਉਹ ਨਵੀਂ ਰੀਤ ਦਾ ਰਾਹੀ ਔਰ ਪੈਰੋਕਾਰ ਹੈ। ਜਦੋਂ ਇਸ ਤਰ੍ਹਾਂ ਰਾਜੇ ਸਿਵਨਾਭ ਨੂੰ ਲੋਕਾਂ ਨੇ ਜਾ ਕੇ ਗੱਲ ਸੁਣਾਈ, ਅੱਗੋਂ ਰਾਜਾ ਸਿਵਨਾਭ ਭਾਈ ਮਨਸੁਖ ਨੂੰ ਸੱਦੇਗਾ, ਸਵਾਲ ਕਰੇਗਾ, ਭਾਈ ਮਨਸੁਖ ਜੀ ਜਵਾਬ ਦਿੰਦੇ ਹਨ। ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਹਿਮਾ ਜਦੋਂ ਭਾਈ ਮਨਸੁਖ ਜੀ ਸੁਣਾਉਂਦੇ ਹਨ, ਰਾਜਾ ਦਾ ਮਨ ਦਰਬ ਜਾਂਦਾ ਹੈ। ਗੁਰੂ ਸਾਹਿਬ ਜੀ ਦੇ ਬਚਨਾ ਰੂਪ ਤੀਰ ਨੇ ਉਸਨੂੰ ਬਿੰਨ ਦਿੱਤਾ, ਉਹ ਘਾਇਲ ਜ਼ਖਮੀ ਹੋ ਗਿਆ। ਫਿਰ ਬੇਨਤੀ ਕਰਦਾ ਕਿ ਜਿਸ ਗੁਰੂ ਦਾ ਇਹ ਉਪਦੇਸ਼ ਹੈ, ਇਹ ਬਾਣੀ ਹੈ, ਉਸ ਗੁਰੂ ਦੇ ਦਰਸ਼ਨ ਕਰਾਓ। ਸੋ ਆਓ ਸਾਰੀ ਕਥਾ ਸਰਵਣ ਕਰਨ ਦੇ ਲਈ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਅਗਲੀ ਕਥਾ ਸਰਵਣ ਕਰੀਏ। ਭੂਪਤ ਸੁਣੀ ਭੂਪ ਉਰ ਅਚਰਜ ਤਾਰਾ। ਸੋ ਸਾਧ ਸੰਗਤ ਜੀ, ਕਵੀਆਂ ਦੇ ਸਿਰਮੌਰ ਚੂੜਾ ਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅਗਲੀ ਕਥਾ ਵਰਣਨ ਕਰ ਰਹੇ ਹਨ। ਜਿਸ ਵੇਲੇ ਨਗਰ ਨਿਵਾਸੀ ਲੋਕਾਂ ਨੇ ਜਾ ਕੇ ਰਾਜੇ ਸਿਵਨਾਭ ਨੂੰ ਬਾਹਰੋਂ ਸਮੁੰਦਰ ਪਾਰ ਤੋਂ ਆਏ ਹੋਏ ਸਾਹੂਕਾਰ ਭਾਈ ਮਨਸੁਖ ਦੀ ਸਾਰੀ ਕਿਰਿਆ ਦੱਸੀ, ਸੁਣ ਕੇ ਬੜਾ ਹੈਰਾਨ ਹੋਇਆ। ਮਨਸੁਖ ਕੋ ਪਠ ਮਨੁਜ ਹਕਾਰਾ। ਰਾਜੇ ਨੇ ਬੰਦਾ ਭੇਜ ਕੇ ਭਾਈ ਮਨਸੁਖ ਨੂੰ ਸੱਦਿਆ। ਏਕ ਨਾ ਲੇਰ ਰਜਤ ਪਣ ਸੰਗਾ। ਜਦੋਂ ਬੰਦਾ ਭਾਈ ਮਨਸੁਖ ਨੂੰ ਸੱਦਣ ਗਿਆ, ਭਾਈ ਮਨਸੁਖ ਜੀ ਇੱਕ ਨਰੇਲ ਤੇ ਇੱਕ ਰੁਪਈਆ ਨਾਲ ਲੈ ਕੇ ਗਯੋ ਸਾਹੂਲੇ ਪੇਟ ਨਿਸੰਗਾ। ਭਾਈ ਮਨਸੁਖ ਸਾਹ ਜੀ ਭੇਟਾ ਲੈ ਕੇ ਨਿਸੰਗ ਹੋ ਕਰਕੇ ਰਾਜੇ ਦੇ ਪਾਸ ਗਏ। ਤੇ ਭੂਪਤ ਕੋ ਬੰਧਨ ਕੀ ਨਾ। ਜਾ ਕਰਕੇ ਭਾਈ ਮਨਸੁਖ ਨੇ ਰਾਜੇ ਸਿਵਨਾਭ ਨੂੰ ਵੰਦਨਾ ਕੀਤੀ। ਬੈਸ ਨਾਮ ਸ੍ਰੀ ਨਾਨਕ ਲੀਨਾ। ਤੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਆਖਦਾ ਹੋਇਆ ਕੋਲ ਬੈਠ ਗਿਆ। ਪੂਜਤ ਭਾਰਾ ਜਾ ਤੇ ਸੰਗਾ। ਰਾਜਾ ਸਿਵਨਾਭ ਭਾਈ ਮਨਸੁਖ ਦੇ ਤਾਈ ਪੁੱਛਦਾ ਹੈ, ਹਿੰਦੂ ਕਹਾਵੈ ਧਰਮ ਹੈ ਭੰਗਾ। ਤੂੰ ਹਿੰਦੂ ਤਾਂ ਕਹਾਉਂਦਾ ਹੈ ਪਰ ਧਰਮ ਤੋਂ ਹੀਣਾ ਹੈ। ਮੱਜਣ ਪੂਜਾ ਵਰਤ ਨਾ ਕਰੀ। ਨਾ ਇਸ਼ਨਾਨ ਨਾ ਪੂਜਾ ਤੇ ਨਾ ਹੀ ਵਰਤ ਰੱਖਦਾ ਹੈ। ਸੰਜਮ ਨੇਮ ਤਿਲਕ ਨਹਿ ਧਰਈ। ਨਾ ਕੋਈ ਸੰਜਮ ਨੇਮ ਕਰਦਾ, ਨਾ ਤੂੰ ਮੱਥੇ ਤੇ ਤਿਲਕ ਲਾਉਂਦਾ ਹੈ। ਕਰ ਹੈ ਆਪਣੀ ਰੀਤ ਨਿਰਾਲੀ। ਤੂੰ ਆਪਣੀ ਵੱਖਰੀ ਰੀਤ ਨਿਰਾਲੀ ਰੀਤ ਕਰਦਾ ਹੈ। ਇੱਕ ਹੈ ਸਿੱਖਵਨ ਦੀਨ ਕੁਚਾਲੀ। ਐਸੀ ਖੋਟੀ ਸਿੱਖਿਆ ਤੈਨੂੰ ਕਿਸਨੇ ਦਿੱਤੀ ਹੈ। ਸਾਹ ਕਹੈ ਭੂਪਤ ਸੁਣ ਲੀਜੈ। ਭਾਈ ਮਨਸੁਖ ਸਾਹ ਜੀ ਕਹਿਣ ਲੱਗੇ, ਹੇ ਰਾਜਨ ਸੁਣਨਾ ਕਰ। ਇੱਕ ਕੁਤਰਕ ਨਾ ਮਨ ਮੈਂ ਕੀਜੈ। ਆਪਣੇ ਮਨ ਵਿੱਚ ਇੱਕ ਵੀ ਕੁਤਰਕ ਨਾ ਕਰ। ਜਗ ਤਿਤਰੋ ਵਰ ਕੇ ਸਮਝਨ ਹੋ। ਇਹ ਸਾਰਾ ਸੰਸਾਰ ਇੱਕ ਬ੍ਰਿਛ ਦੇ ਸਮਾਨ ਜਾਣਨਾ ਕਰੋ। ਦੇਹ ਕੇ ਸਿਖਰ ਮੁਕਤ ਫਲ ਮਨ ਹੋ। ਉਸ ਬ੍ਰਿਛ ਦੀ ਚੋਟੀ ਤੇ ਸਿਖਰ ਤੇ ਮੁਕਤੀ ਰੂਪ ਫਲ ਲੱਗਾ ਹੈ। ਤਾਂ ਕੋ ਲੈਣ ਹੇਤ ਦਵੈ ਪੰਥਾ। ਉਸ ਮੁਕਤੀ ਰੂਪ ਫਲ ਨੂੰ ਲੈਣ ਵਾਸਤੇ ਦੋ ਰਾਸਤੇ ਹਨ, ਸਰਬ ਸੰਤ ਪਾਖਤ ਪੁਨ ਗ੍ਰੰਥਾ। ਔਰ ਸਾਰੇ ਸੰਤਾਂ ਨੇ ਪੁਨਾ ਸਾਰੇ ਗ੍ਰੰਥਾਂ ਨੇ ਆਖੇ ਹਨ, ਇੱਕ ਬਿਹੰਗ ਇੱਕ ਕੀਟੀ ਰੀਤਾ। ਇੱਕ ਪੰਛੀ ਦੀ ਚਾਲ ਇੱਕ ਕੀੜੀ ਦੀ ਚਾਲ ਦੱਸਿਆ ਹੈ। ਚਲ ਹੈ ਨਿਰੰਤਰ ਪਾਏ ਸਪਰੀਤਾ। ਰੀਤੀ ਦੇ ਸਹਿਤ ਨਿਰੰਤਰ ਇੱਕ ਰਹ ਜੋ ਚੱਲਦਾ ਸਿਖਰ ਤੇ ਪੁੱਜ ਜਾਂਦਾ ਮੁਕਤੀ ਰੂਪ ਫਲ ਪਾ ਲੈਂਦਾ ਹੈ। ਜਿਨਕੋ ਸਤਿਗੁਰ ਮਿਲ ਹੈ ਕਿਰਪਾਲਾ। ਜਿਨ੍ਹਾਂ ਨੂੰ ਕਿਰਪਾਲੂ ਪੂਰੇ ਸਤਿਗੁਰੂ ਜੀ ਮਿਲ ਜਾਂਦੇ ਹਨ। ਦੇਖਾ ਗਜੋਂ ਪਹੁੰਚੈ ਤਤਕਾਲਾ। ਉਹ ਪੰਛੀ ਵਾਂਗ ਉਡਾਰੀ ਮਾਰ ਕੇ ਤਤਕਾਲ ਹੀ ਦਰਖਤ ਦੀ ਚੋਟੀ ਤੇ ਪਹੁੰਚ ਜਾਂਦਾ ਹੈ। ਮਿਲੈ ਨਾ ਸਤਿਗੁਰ ਜਿਨਕੋ ਪੂਰੇ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਨਹੀਂ ਮਿਲਦੇ, ਤਿਨਕੋ ਫਲ ਲੈਨੋ ਅਤ ਦੂਰੇ। ਉਹਨਾਂ ਨੂੰ ਜੋ ਦਰਖਤ ਦੀ ਚੋਟੀ ਤੇ ਮੁਕਤੀ ਰੂਪ ਫਲ ਲੱਗਿਆ ਹੋਇਆ ਉਹ ਲੈਣਾ ਬਹੁਤ ਦੂਰ ਹੈ। ਤਿਨ ਕੀ ਗਤ ਕੀ
ਕੀਤੀ ਕੀ ਨਿਆਈ। ਉਹਨਾਂ ਦੀ ਚਾਲ ਕੀੜੀ ਦੀ ਨਿਆਈ ਹੈ, ਉਸ ਤਰ ਪਹੁੰਚਣ ਹੈ ਤੇ ਥਾਈ, ਉਸ ਸਿਖਰ ਤੇ ਪਹੁੰਚਣਾ ਬੜਾ ਕਠਿਨ ਹੈ। ਤੁਮ ਏਕਾਦਸੀ ਵਰਤ ਰੱਖਣ ਤੇ, ਤੁਸੀਂ ਜੋ ਏਕਾਦਸ਼ੀ ਦਾ ਵਰਤ ਆਪ ਰੱਖਦੇ ਹੋ ਤੇ ਸਾਰੀ ਪਰਜਾ ਕੋਲੋਂ ਰਖਵਾਉਂਦੇ ਹੋ। ਦਿਨ ਪੰਦਰਵੇਂ ਸੰਜਮ ਕਰਨ ਤੇ, ਪੰਦਰਵੇਂ ਦਿਨ ਸੰਜਮ ਕਰਦੇ ਹੋ, ਅਲਪ ਆਹਾਰ ਕਰਦੇ ਹੋ। ਕਾਮ ਕ੍ਰੋਧ ਪੁਨ ਖਾਨ ਰੁਪਾਨਾ, ਕਾਮ ਕ੍ਰੋਧ ਪੁਨਾ ਖਾਣਾ ਪੀਣਾ, ਇੱਕ ਦਿਨ ਤੁਮ ਨ ਕਰਤ ਰਾਜਾਨਾ। ਇਹ ਰਾਜਨ, ਇੱਕ ਦਿਨ ਏਕਾਦਸ਼ੀ ਵਾਲੇ ਦਿਨ ਤੁਸੀਂ ਖਾਣ ਪਾਣ ਨਹੀਂ ਕਰਦੇ। ਅਸ ਸੰਜਮ ਮੈਂ ਸੰਤ ਸਦੀਵਾ, ਐਸੇ ਸੰਜਮ ਵਿੱਚ ਸੰਤ ਸਦੀਵ ਕਾਲ ਰਹਿੰਦੇ ਹਨ, ਉਹ ਸਦਾ ਹੀ ਸੰਜਮ ਦੇ ਧਾਰਨੀ ਹੁੰਦੇ ਹਨ। ਵਰਤਤ ਹੈ ਨਿਜ ਮਨ ਕਰ ਨੀਵਾ, ਆਪਣਾ ਮਨ ਨੀਵਾ ਕਰਕੇ ਉਸ ਸੰਜਮ ਵਿੱਚ ਹਮੇਸ਼ਾ ਵਰਤਦੇ ਹਨ। ਥੋਰੋ ਖਾਨ ਸੈਨ ਪੁਨ ਥੋਰਾ, ਸੰਤਾਂ ਦਾ ਸੰਜਮ ਇਹੀ ਹੈ ਨਿਤਾ ਪ੍ਰਤੀ ਦਾ, ਜੋ ਥੋੜਾ ਖਾਣਾ ਥੋੜਾ ਸੌਣਾ। ਦਿਨ ਪਰ ਕਾਮ ਨ ਕ੍ਰੋਧ ਨ ਜੋਰਾ, ਉਹਨਾਂ ਦੇ ਉੱਪਰ ਕਾਮ ਕ੍ਰੋਧ ਦਾ ਜ਼ੋਰ ਨਹੀਂ ਪੈਂਦਾ। ਦਿਵਸ ਪੰਦਰਵੇਂ ਜਗ ਮੈਂ ਆਵੈ, ਪੰਦਰਵੇਂ ਦਿਨ ਜਗਤ ਵਿੱਚ ਉਹ ਦਿਹਾੜਾ ਆਉਂਦਾ ਹੈ। ਵਰਤ ਏਕਾਦਸ਼ੀ ਜੋ ਕਹਿਲਾਵੈ, ਜੋ ਏਕਾਦਸ਼ੀ ਦਾ ਵਰਤ ਕਹਾਉਂਦਾ ਹੈ। ਦੋਹਰਾ ਸੋ ਏਕਾਦਸ਼ੀ ਸਦਾ ਸਹੀ, ਸੰਤਨ ਕੇ ਮਨ ਮਾਹੇ। ਐਸੇ ਜੋ ਏਕਾਦਸ਼ੀ ਦਾ ਵਰਤ ਹੈ, ਸੰਤਾਂ ਦੇ ਮਨ ਵਿੱਚ ਸਦੀਵ ਕਾਲ ਹੈ। ਜੋ ਤੂੰ ਭਾਖਤਿ ਵਰਤਿ ਕੋ ਗਤ ਐਸੀ ਲਖਤਾ ਹੈ। ਹੇ ਰਾਜਨ, ਜੋ ਤੂੰ ਏਕਾਦਸ਼ੀ ਦਾ ਵਰਤ ਕਹਿੰਦਾ ਹੈ, ਉਸਦੀ ਗਤੀ ਇਸ ਤਰ੍ਹਾਂ ਜਾਣਨਾ ਕਰ। ਜੋ ਪਈ ਪੁਨ ਮਜਨ ਕੀ ਗਾਥਾ ਸੁਣੀਏ, ਹੇ ਰਾਜਨ ਪੁਨਾ ਇਸ਼ਨਾਨ ਕਰਨ ਦੀ ਗਾਥਾ ਸੁਣੋ। ਨਿਸ਼ਚੇ ਨਾਨ ਅਧਿਕ ਫਲ ਜਨੀਏ, ਨਿਸ਼ਚੇ ਹੀ ਇਸ਼ਨਾਨ ਕਰਨ ਦਾ ਬਹੁਤਾ ਫਲ ਮਿਲਦਾ ਹੈ। ਜਾਮ ਜਾਮਨੀ ਨਾਵਨ ਕਰਹੀ, ਪਹਿਰ ਰਾਤ ਰਹਿੰਦੀ ਜੋ ਇਸ਼ਨਾਨ ਕਰਨਾ ਹੈ। ਕੰਚਨ ਭਾਰ ਦਾਨ ਫਰ ਫਰਹੀ, ਉਹ ਸੋਨਾ ਦਾਨ ਕਰਨ ਦਾ ਫਲ ਉਸਨੂੰ ਫਲਦਾ ਹੈ ਜੋ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰਦਾ ਹੈ। ਚਤੁਰ ਕਟੀ ਨਿਸ ਤੇ ਜੋ ਨਾਵੈ, ਚਾਰ ਘੜੀਆਂ ਪਿੱਛੋਂ ਜੋ ਇਸ਼ਨਾਨ ਕਰਦਾ ਹੈ, ਇਤਨੂੰ ਦਾਨ ਰਜਤ ਫਲ ਪਾਵੈ, ਉਤਨਾ ਹੀ ਚਾਂਦੀ ਦਾਨ ਦਾ ਫਲ ਪਾਉਂਦਾ ਹੈ। ਘਟੀ ਰਹਿਣ ਤੇ ਕਰ ਹੈ ਸਨਾਨਾ, ਔਰ ਘੜੀ ਰਾਤ ਰਹਿੰਦੀ ਜੋ ਇਸ਼ਨਾਨ ਕਰਨਾ ਹੈ। ਫਲ ਹਵੈ ਖੀਰ ਸਵਾ ਮਨ ਦਾਨਾ, ਸਵਾ ਮਨ ਦੁੱਧ ਦਾਨ ਕਰਨ ਦਾ ਫਲ ਪਾਉਂਦਾ ਹੈ। ਪ੍ਰਾਤ ਕਾਲ ਉੱਠ ਕਰ ਜੋ ਨਾਵੈ, ਪ੍ਰਾਤਾ ਕਾਲ ਉੱਠ ਕਰਕੇ ਜੋ ਇਸ਼ਨਾਨ ਕਰਦਾ ਹੈ, ਮਨ ਜਲ ਦਾਨ ਕਰੇ ਫਲ ਪਾਵੈ। ਉਹ ਇੱਕ ਮਨ ਜਲ ਦਾਨ ਕਰਨ ਦਾ ਫਲ ਪਾਉਂਦਾ ਹੈ। ਦਿਵਸ ਚੜੇ ਤੇ ਨਾਵਣ ਜੋ, ਦਿਨ ਚੜੇ ਤੋਂ ਜੋ ਇਸ਼ਨਾਨ ਕਰਨਾ ਹੈ। ਦਿਵਸ ਚੜੇ ਜਨ ਨਾਵਣ ਜੋ, ਜੋ ਦਿਨ ਚੜੇ ਇਸ਼ਨਾਨ ਕਰਨਾ ਹੈ। ਤਾਂ ਕੋ ਹਵੇ ਨਾ ਫੁੱਲ ਪੁਨ ਫਲ ਕੋ, ਉਸਨੂੰ ਕਿਸੇ ਪੁੰਨ ਦਾ ਫਲ ਨਹੀਂ ਲੱਗਦਾ। ਫਲ ਇਹ ਤੋ ਹੀ ਦੇਹ ਪੁਨੀਤਾ, ਉਸਨੂੰ ਇੰਨਾ ਹੀ ਫਲ ਮਿਲਦਾ ਕਿ ਉਹਦੀ ਦੇਹੀ ਪਵਿੱਤਰ ਹੋ ਜਾਂਦੀ ਹੈ ਇਸ਼ਨਾਨ ਕਰਨ ਨਾਲ। ਇਸ ਤੇ ਨਾਵਣ ਆਦਿ ਰੀਤਾ, ਇਸ ਕਰਕੇ ਹੇ ਰਾਜਨ, ਪਹਿਰ ਰਾਤ ਰਹਿੰਦੀ ਇਸ਼ਨਾਨ ਕਰਨ ਦੀ ਰੀਤ ਆਦੋਂ ਧੁਰੋਂ ਹੀ ਚਲੀ ਆ ਰਹੀ ਹੈ। ਨਿਗਮਾਗਮ ਕੀ ਹੈ ਨਿਦੇਸਾ, ਔਰ ਵੇਦਾਂ ਸ਼ਾਸਤਰਾਂ ਦੀ ਇਹ ਆਗਿਆ ਹੈ। ਨਹਿ ਕਛ ਮੇਰੇ ਵਾਕ ਨਰੇਸਾ, ਹੇ ਰਾਜਨ ਇਹ ਵਾਕ ਮੇਰੇ ਨਹੀਂ ਹਨ। ਜੇ ਤੂੰ ਅਸ ਸੰਸਾ ਉਪਜਾਇਸ, ਜੇ ਤੂੰ ਐਸੇ ਮਨ ਵਿੱਚ ਸੰਸਾ ਪੈਦਾ ਕਰਦਾ ਹੈ। ਭਾਨ ਉਗੇ ਤੇ ਮੱਜਣ ਆਇਸ, ਜੋ ਸੂਰਜ ਉਦੈ ਹੋਣ ਤੋਂ ਬਾਅਦ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਹੈ ਆਪਣੇ ਸਾਰੇ ਦੇਸ਼ ਵਾਸੀਆਂ ਨੂੰ। ਤਾਂ ਪਰ ਮੇਰੇ ਬਚਨ ਸੁਣੀ ਜੈ, ਉਹਦੇ ਉੱਪਰ ਹੇ ਰਾਜਨ ਮੇਰੇ ਬਚਨ ਸੁਣਨਾ ਕਰ। ਕੇ ਸੁਮਤ ਧਾਰ ਮਨ ਲੀ ਜੈ, ਚੰਗੀ ਤਰ੍ਹਾਂ ਸ੍ਰੇਸ਼ਟ ਬੁੱਧੀ ਵਿੱਚ ਧਾਰਨ ਕਰਨਾ ਕਰ। ਦੋਹਰਾ ਕਿਤ
तक दिनन तै प्रवृत्ति कर्म कांड की रीत। हे राजन ए दस के कर्म कांड दी रीत किन्ने दिना तो प्रचलित हुई है। करहनान रब उदय ते आस विद समझो चीत। हे राजन अपने चित विच इस तरह समझना करो ये कदों तो रीत प्रचलित हुई है ते सूरज उदय होने तो बाद जो इस्नान करन दी रीत है। चौपई जाम जामनी मज्जन करके पहर रात रहंदी इस्नान करके सिमरह नाम प्रेम उर तरके हृदय विच प्रेम धार के जो प्रभु दा नाम सिमरन करदा है। महमा जागन पिछली रहना पिछल रात जागन दी बहुत भारी महिमा है। निगमा गम पखत कह बैना वेद शास्त्र सारे इस तरह आख दे हन। पुन पाहन पूजन प्रकार हे राजन पुना पत्थर पूजन दा जो प्रकार है जो रीति है सो मैं कहूं सुनो निरतारा। ओ मैं कहंदा हां निर्णय करके ओ सुनना कर। खात ना पीत ना दे उपदेसा ओ पत्थर ना ता बोलदा है ना खांदा है ना पींदा है ना उपदेश देंदा है। गुरबाणी विच प्रमाण है ना पत्थर बोले ना किस दे फोकट कर्म निफल है से जो पत्थर की पाई पाए ताकि काल अजाई जाए। ठाकुर हमरा सद बोलंता सर्व जिया को प्रवदान देता मेरा ठाकुर बोलदा भी है सब कुछ देंदा है। अचिंत दान दे प्रभ मेरा मेरा ठाकुर बोलदा भी है गल बात भी करदा है और सारे जीवां नूं दान भी देंदा है। ते पत्थर ना बोलदा ना कुछ देंदा है। इसलिए भगत कबीर जी ने भी फरमाया कबीर पाहन परमेश्वर किया पूजा सब संसार इस प्रभा से जो रहे बूढ़े काली तार। पत्थर दी पूजा तो सानू हटाया कलगीधर दशमेश पिता जी ने के पत्थर तो आप डूबण वाला है ए मूर्ख तेनू किवें उतारेगा। पंचम पिता जी का फुरमान है सोही राग में श्री गुरु ग्रंथ साहिब जी दे अंदर के घर मह ठाकुर नदर न आवे गल में पाहन लै लटकावे भर में भूला साकत फिरता नीर बिरोला खब खब मरता। जिस पाहन को ठाकुर कहता ओ पाहन ले उसको डूबता। जिस पत्थर नू परमेश्वर करके पूजदा वही पत्थर लेके उसनू डूब जांदा है। इसे करके भगत कबीर जी ने एक बीजक ग्रंथ में जिक्र किया है कि पत्थर पूजे हरी मिले तो मैं पूजूं पहाड़। एक निक्के जे पत्थर नू पूजन नाल हरी परमेश्वर मिलदा होवे ते मैं पहाड़ दी पूजा करांगा छेती मिल जाएगा रब। पत्थर पूजन दे नाल परमात्मा नहीं मिलदा। लोग तर्क करदे हन धन्ने नू तां मिल गया सी हुण धन्ने नू मिल गया अचानक भोलेपन विच पर भगत धन्ना जी जैसी बिरती होनी चाहिदी है भाव होना चाहिदा है प्रेम होना चाहिदा है श्रद्धा होनी चाहिदी है ओहो जी तां मिलदा है। भोले पाए मिले रघुराया चतुराई दे नाल नहीं मिलदा। चतुराई ना चतुर्भुज पाई है। वह त्रिलोचन ब्राह्मण जड़ा सी बड़ा चतुर सियाणा सी वो रब नू नहीं पा सकिया। भोला पाला धन्ना जट उसने परमात्मा नू पा लिया। भाई साहब भाई गुरदास जी जिक्र करते हैं अपनी बाणी विच के ब्राह्मण पूजा देवते धन्ना गऊ चराब ने आवे ब्राह्मण त्रिलोचन ठाकुर की पूजा करता सी ते धन्ना गाइया मझा चारदा सी ब्राह्मण पूजा देवते धन्ना गऊ चराव न आवे धन्ना डिठा चलते पूछे ब्राह्मण आग सुनावे ठाकुर की सेवा करे जो इच्छा सोई फल पावे हाथ जोड़ बेनती करे मैं भी देख जे तुद भावे। ते जदों बेनती की थी कि हे दादा मैनू भी एक ठाकुर दी मूर्ति दे मैं भी पूजा अर्चना करया करांगा ते पत्थर एक लपेट कर दे धन्ने नू गैल छुड़ावे। पिछा छड़ाया एक पत्थर बड़ा सारा लपेट के दे दिता खेड़ा छड़ाया ठाकुर नू ना वाल के रोटी छाए ले भोग लवाया रोटी लस्सी आदक सब कुछ सजा के थाल विच भोग लगाउन लग्या।
ਤੇ ਜਿਸ ਵੇਲੇ ਦੇਖਿਆ ਕਿ ਥਾਲ ਤਾਂ ਉਵੇਂ ਪਈ ਹੈ, ਠਾਕੁਰ ਜੀ ਨੇ ਭੋਗ ਨਹੀਂ ਲਾਇਆ। ਧੰਨੇ ਨੂੰ ਪਤਾ ਹੀ ਨਹੀਂ ਸੀ ਕਿ ਉਹ ਤ੍ਰਿਲੋਚਨ ਭਗਤ ਸਿਰਫ ਭੋਗ ਲਗਾ ਕੇ ਆਪ ਛਕ ਲੈਂਦਾ ਸੀ। ਉਹਨੇ ਸੋਚਿਆ ਕਿ ਠਾਕੁਰ ਜੀ ਭੋਗ ਲਾਉਂਦੇ ਹੋਣਗੇ, ਆਪ ਛਕਦੇ ਹੋਣਗੇ, ਅਜੇ ਤੱਕ ਛਕਿਆ ਕਿਉਂ ਨਹੀਂ, ਕੋਈ ਗਲਤੀ ਹੋ ਗਈ, ਕੋਈ ਕਸਰ ਰਹਿ ਗਈ। ਅਤੇ ਖਿਆਲ ਆਇਆ ਕਿ ਉਹ ਕੋਈ ਦੁਖਾਉਂਦਾ ਸੀ, ਪਰ ਇਹ ਨਹੀਂ ਪਤਾ ਸੀ ਕਿ ਧੂਪ ਦੁਖਾਉਂਦਾ ਸੀ। ਉਹਨੇ ਪਾਥੀਆਂ ਹੀ ਬਾਲ ਦਿੱਤੀਆਂ। ਕਹਿੰਦਾ ਹੇ ਠਾਕੁਰ ਜੀ, ਮੈਥੋਂ ਪਹਿਲਾਂ ਗਲਤੀ ਹੋ ਗਈ ਸੀ, ਕਸਰ ਰਹਿ ਗਈ ਸੀ, ਉਹ ਕਸਰ ਮੈਂ ਪੂਰੀ ਕਰ ਦਿੱਤੀ। ਹੁਣ ਭੋਜਨ ਛਕੋ। ਉਹਦੇ ਭੋਲੇਪਨ ਨੂੰ ਦੇਖ ਕੇ ਗੋਸਾਈ ਪ੍ਰਤੱਖ ਹੋਏ, ਰੋਟੀ ਖਾਏ ਛਾਹ ਮੋਹ ਲਾਵੇ, ਭੋਲਾ ਪਾਓ ਗੋਬਿੰਦ ਮਿਲਾਵੇ। ਭੋਲੇਪਨ ਨੂੰ ਦੇਖ ਕੇ ਪੱਥਰ 'ਚੋਂ ਪ੍ਰਗਟ ਹੋ ਗਿਆ ਭਗਵਾਨ। ਰੋਟੀ ਖਾਧੀ, ਲੱਸੀ ਪੀਤੀ, ਅਤੇ ਫਿਰ ਧੰਨਾ ਭਗਤ ਆਖਦਾ ਹੇ ਠਾਕੁਰ ਜੀ, ਚੱਲ ਹੁਣ ਖੇਤਾਂ 'ਚ ਕੰਮ ਕਰੀਏ। ਅਸੀਂ ਜ਼ਿਮੀਂਦਾਰ ਲੋਕ ਰੋਟੀ ਖਾ ਕੇ ਵਿਹਲੇ ਨਹੀਂ ਬੈਠਦੇ, ਚੱਲ ਖੇਤਾਂ 'ਚ ਕੰਮ ਕਰੀਏ। ਉਹਦੇ ਭੋਲੇਪਣ ਨੂੰ ਦੇਖ ਕੇ ਭਗਵਾਨ ਜੀ ਠਾਕੁਰ ਜੀ ਚੱਲ ਪਏ। ਚੱਲ ਧੰਨਿਆ, ਤੇਰੇ ਘਰ ਦੀ ਰੋਟੀ ਖਾਧੀ ਹੈ, ਕੰਮ ਵੀ ਕਰਨਾ ਪਊਗਾ। ਖੇਤ ਵਿੱਚ ਆ ਗਏ, ਧੰਨੇ ਨੂੰ ਮੰਜੇ 'ਤੇ ਬਿਠਾ ਦਿੱਤਾ। ਧੰਨਿਆ ਬਹਿ ਜਾ ਮੰਜੇ 'ਤੇ, ਮੈਂ ਸਾਰਾ ਕੰਮ ਕਰਾਂਗਾ ਅੱਜ ਤੋਂ। ਹੁਣ ਠਾਕੁਰ ਜੀ ਹੀ ਉਹ ਹਲ ਵਾਹੁਣ ਲੱਗ ਪਏ, ਨੱਕੇ ਮੋੜਦੇ ਹਨ, ਪਾਣੀ ਲਾਉਂਦੇ ਹਨ, ਬੀਜ ਬੀਜਦੇ ਹਨ, ਸਾਰਾ ਕੰਮ ਹੁਣ ਠਾਕੁਰ ਜੀ ਕਰਨ ਲੱਗ ਪਏ। ਧੰਨਾ ਮੰਜੇ 'ਤੇ ਵਿਹਲਾ ਬੈਠਾ ਰਹਿੰਦਾ। ਭਗਤ ਤ੍ਰਿਲੋਚਨ ਜਿਸ ਨੇ ਪੱਥਰ ਲਪੇਟ ਕੇ ਦਿੱਤਾ ਸੀ, ਉਹ ਪਤਾ ਲੈਣ ਆਇਆ ਕਿ ਚੱਲ ਕੇ ਦੇਖੀਏ ਤਾਂ ਸਹੀ ਧੰਨਾ ਕੀ ਕਰਦਾ। ਆ ਕੇ ਦੇਖਿਆ ਮੰਜੇ 'ਤੇ ਆਰਾਮ ਫਰਮਾ ਰਿਹਾ। ਸੁਣਾ ਧੰਨਿਆ ਕੀ ਹਾਲ ਚਾਲ ਹੈ? ਕਹਿੰਦੇ ਦਾਦਾ, ਆਪ ਜੀ ਨੇ ਬੜੀ ਕਿਰਪਾ ਕੀਤੀ, ਜੋ ਮੈਨੂੰ ਠਾਕੁਰ ਜੀ ਦਿੱਤਾ ਉਹ ਠਾਕੁਰ ਜੀ ਸਾਰਾ ਕੰਮ ਕਰਦੇ ਨੇ। ਆਓ ਦੇਖ, ਹੁਣ ਵੀ ਹੱਲ ਪਾ ਰਹੇ ਨੇ, ਮੈਂ ਤਾਂ ਵਿਹਲਾ ਬੈਠਾ ਰਹਿੰਦਾ। ਕਹਿੰਦੇ ਕਿੱਥੇ ਨੇ? ਕਹਿੰਦੇ ਆਓ ਦੇਖ, ਧੰਨੇ ਦੀ ਦ੍ਰਿਸ਼ਟੀ ਸਾਫ਼ ਹੈ, ਸਭ ਕੁਝ ਨਜ਼ਰ ਆ ਰਿਹਾ, ਪਰ ਤ੍ਰਿਲੋਚਨ ਉਹ ਚਤੁਰਾਈਆਂ ਕਰਨ ਵਾਲਾ ਕਪਟੀ ਸੀ, ਉਸਨੂੰ ਨਿਗਾਹ ਨਹੀਂ ਆ ਰਹੇ। ਧੰਨਿਆ ਮੈਨੂੰ ਵੀ ਦਰਸ਼ਨ ਕਰਾ, ਮੈਨੂੰ ਤਾਂ ਨਿਗਾਹ ਨਹੀਂ ਆ ਰਹੇ, ਬੇਨਤੀ ਕਰ। ਧੰਨੇ ਨੇ ਹੱਥ ਜੋੜ ਕੇ ਬੇਨਤੀ ਕਰੀ, ਹੇ ਠਾਕੁਰ ਜੀ, ਜਿਨ੍ਹਾਂ ਪਾਸੋਂ ਮੰਗ ਕੇ ਲਿਆਂਦਾ ਤੁਹਾਨੂੰ, ਉਹਨਾਂ ਨੂੰ ਵੀ ਦਰਸ਼ਨ ਦਿਓ। ਅਤੇ ਆਕਾਸ਼ ਬਾਣੀ ਹੋਈ, ਇਹ ਧੰਨਿਆ ਤੂੰ ਬਹੁਤ ਭੋਲਾ ਹੈ, ਤੇਰੇ ਨਾਲ ਛਲ ਕੀਤਾ ਇਸ ਦੁਸ਼ਟ ਬ੍ਰਾਹਮਣ ਨੇ, ਜਿਹੜਾ ਪੱਥਰ ਲਪੇਟ ਕੇ ਤੈਨੂੰ ਦਿੱਤਾ ਉਸੇ ਪੱਥਰ ਦੇ ਨਾਲ ਜੁੱਤੀ ਦੀਆਂ ਕਿੱਲਾਂ ਠੋਕਿਆ ਕਰਦਾ ਸੀ। ਇਹ ਦੁਸ਼ਟ ਹੈ, ਕਪਟੀ ਹੈ, ਇਹਨੂੰ ਮੈਂ ਦਰਸ਼ਨ ਨਹੀਂ ਦੇਣੇ। ਇਹ ਸੁਣ ਕੇ ਕੰਬ ਗਿਆ ਤ੍ਰਿਲੋਚਨ ਭਗਤ, ਮਾਫ਼ੀ ਮੰਗੀ ਕਿ ਮਾਫ਼ ਕਰ ਦਿਓ, ਦਰਸ਼ਨ ਦਿਓ। ਧੰਨੇ ਨੇ ਬੇਨਤੀ ਕੀਤੀ, ਸਿਫਾਰਸ਼ ਕੀਤੀ ਅਤੇ ਭਗਵਾਨ ਨੇ ਦਰਸ਼ਨ ਦਿੱਤੇ। ਧੰਨੇ ਸੇਵਿਆ ਬਾਲ ਬੁੱਧ, ਤ੍ਰਿਲੋਚਨ ਮਿਲ ਗੁਰਮਿਲ ਮਿਲੇ ਸਿੱਧ। ਔਰ ਤ੍ਰਿਲੋਚਨ ਭਗਤ ਨੂੰ ਧੰਨੇ ਦੇ ਰਾਹੀਂ ਦਰਸ਼ਨ ਹੋਏ ਭਗਵਾਨ ਦੇ। ਸੋ ਪੱਥਰ ਪੂਜਣ ਦੇ ਨਾਲ ਰੱਬ ਨਹੀਂ ਮਿਲਦਾ, ਬਾਣੀ ਪੜ੍ਹਨ ਦੇ ਨਾਲ। ਇਸ ਤੋਂ ਪਹਿਲਾਂ ਭਗਤ ਧੰਨਾ ਜੀ ਦੇ ਕਈ ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਨਾਂ ਨੇ ਭਗਤੀ ਕੀਤੀ ਹੈ, ਭਗਤਾਂ ਵੱਲ ਦੇਖ ਕਰਕੇ ਭਗਤੀ ਕਰਨ ਲੱਗੇ। ਭਗਤੀ ਕਰਨ ਦੇ ਨਾਲ ਹਿਰਦਾ ਸ਼ੁੱਧ ਹੋ ਗਿਆ, ਫਿਰ ਭਗਵਾਨ ਨੇ ਦਰਸ਼ਨ ਦਿੱਤੇ। ਗੁਰਬਾਣੀ ਵਿੱਚ ਸ਼ਬਦ ਹੈ, ਗੋਬਿੰਦ 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 ਸੰਗ, ਨਾਮ ਦੇਵ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਬੁਣਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਬੁਧਕਾਰੀਆ ਹੋ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਇਹ ਬਿਦ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ। ਇਸ ਤਰ੍ਹਾਂ ਸੁਣ ਕੇ ਧੰਨਾ ਭਗਤ ਜੋ ਜੱਟ ਸੀ ਉੱਠ ਕੇ ਭਗਤੀ ਕਰਨ ਲੱਗਿਆ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਬੜਭਾਗਾ, ਬੜਭਾਗੀ ਧੰਨੇ ਨੂੰ ਗੋਸਾਈ ਮਾਲਕ ਨੇ ਪ੍ਰਤੱਖ ਰੂਪ ਵਿੱਚ ਦਰਸ਼ਨ ਦਿੱਤੇ, ਨਿਹਾਲ ਕੀਤਾ। ਸੋ ਕਵੀ ਜੀ ਵਰਣਨ ਕਰ ਰਹੇ ਹਨ ਕਿ ਹੇ ਰਾਜਨ, ਪੱਥਰ ਪੂਜਣ ਦੇ ਨਾਲ ਉਹ ਪਰਮਾਤਮਾ ਦਰਸ਼ਨ ਨਹੀਂ ਦਿੰਦਾ। ਔਰ ਖਾਦ ਨਾ ਪੀਤ ਨਾ ਦੇਹ ਉਪਦੇਸਾ, ਜੋ ਪੱਥਰ ਨਾ ਖਾਂਦਾ ਨਾ ਪੀਂਦਾ ਨਾ ਉਪਦੇਸ਼ ਦਿੰਦਾ ਹੈ, ਤਾਂ ਹੇ ਸੇਵ ਮੈਂ ਕਿਆ ਫਲ ਲੇਸਾ, ਉਸ ਨੂੰ ਸੇਵ ਕੇ ਮੈਂ ਕੀ ਫਲ ਲਵਾਂਗਾ, ਸਤਿਗੁਰ ਪੂਰਨ ਪਰਮ ਕਿਰਪਾਲਾ, ਸਾਡੇ ਸਤਿਗੁਰੂ ਤਾਂ ਪਰਮ ਪੁਰਖ ਹਨ, ਪਰਮ ਕਿਰਪਾਲੂ ਹਨ, ਤਿਨਹਿ ਸੇਵ ਫਲ ਲਿਓ ਵਿਸਾਲਾ, ਉਹਨਾਂ ਦੀ ਸੇਵਾ ਕਰਕੇ ਮੈਂ ਵੱਡਾ ਫਲ ਲਵਾਂਗਾ, ਜਗਤ ਉਦਾਰ
ਕਰਨ ਹਿਤ ਤਨ ਧਾਰਾ। ਸਾਰੇ ਜਗਤ ਨੂੰ ਤਾਰਨ ਵਾਸਤੇ ਮਨੁੱਖੀ ਸਰੀਰ ਧਾਰਿਆ ਜਿਨ੍ਹਾਂ ਨੇ। ਕਲ ਕੇ ਕਾਲ ਵਿਖੇ ਅਵਤਾਰਾ, ਕਲਯੁਗ ਦੇ ਸਮੇਂ ਵਿੱਚ ਅਵਤਾਰ ਧਾਰਿਆ ਹੈ। ਵਚਨ ਸੁਜਨ ਕੇ ਭਾਨ ਸਮਾਨਾ, ਜਿਨ੍ਹਾਂ ਦੇ ਵਚਨ ਸੂਰਜ ਦੇ ਸਮਾਨ ਹਨ। ਤਮ ਅਗਿਆਨ ਕੀਨ ਹਮਹਾਨਾ, ਸਾਡੇ ਹਿਰਦੇ ਚੋਂ ਅਗਿਆਨਤਾ ਦੇ ਹਨੇਰੇ ਨੂੰ ਗੁਰੂ ਰੂਪ ਸੂਰਜ ਦੇ ਬਚਨਾ ਰੂਪ ਕਿਰਨਾ ਨੇ ਨਾਸ ਕਰ ਦਿੱਤਾ। ਮਗ ਬਿਹੰਗ ਕੋ ਜਿਨ ਹੈ ਬਤਾਵਾ, ਜਿਨ੍ਹਾਂ ਨੇ ਪੰਛੀ ਦਾ ਰਸਤਾ ਸਾਨੂੰ ਕਿਰਪਾ ਕਰਕੇ ਦੱਸਿਆ। ਫਲ ਕੇ ਨਿਕਟ ਜਾਏ ਸੁਖ ਪਾਵਾ, ਉਹ ਮੁਕਤੀ ਰੂਪ ਫਲ ਦੇ ਨੇੜੇ ਛੇਤੀ ਪੁੱਜ ਜਾਂਦਾ ਪੰਛੀ ਉਡਾਰੀ ਮਾਰ ਕੇ ਔਰ ਫਲ ਲੈ ਕੇ ਸੁਖ ਪਾਉਂਦਾ ਹੈ। ਹਉਮੈ ਸੰਗ ਕਰਨ ਸਭ ਕਰਮਾ, ਜੋ ਹਉਮੈ ਦੇ ਸਹਿਤ ਸਾਰੇ ਕੰਮ ਕਰਨੇ ਹਨ, ਹਉਮੈ ਵਿੱਚ ਸਭ ਕਾਰ ਕਮਾਹੇ। ਇਹ ਸਾਰੇ ਕਲਯੁਗੀ ਜੀਵ ਹਉਮੈ ਵਿੱਚ ਕੰਮ ਕਰਦੇ ਹਨ। ਆਹ ਕੰਮ ਮੈਂ ਕੀਤਾ, ਮੈਂ ਹੀ ਕਰ ਸਕਦਾ, ਮੈਂ ਹੀ ਕਰਨ ਵਾਲਾ ਹਾਂ। ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ। ਜਿਹੜੇ ਮੂਰਖ ਗਵਾਰ ਹਨ ਉਹ ਆਖਦੇ ਹਨ ਕਿ ਮੈਂ ਹੀ ਕੀਤਾ, ਮੈਂ ਹੀ ਕਰ ਸਕਦਾ ਹਾਂ। ਸੋ ਇਸ ਤਰ੍ਹਾਂ ਜਿਹੜੇ ਮੂਰਖ ਗਵਾਰ ਹਨ ਹਉਮੈ ਦੇ ਸਹਿਤ ਸਾਰੇ ਕਰਮ ਕਰਦੇ ਹਨ। ਜਪ ਤਪ ਬ੍ਰਤ ਆਦਿਕ ਜੇ ਧਰਮਾ, ਜਪ ਤਪ ਬ੍ਰਤ ਆਦਿਕ ਜਿਤਨੇ ਵੀ ਸ਼ੁਭ ਕਰਮ ਧਰਮ ਹਨ। ਸੋ ਕੀਟੀ ਮਗ ਜਾਣੋ ਐਸੇ, ਹੇ ਰਾਜਨ ਉਹ ਕੀੜੀ ਦੀ ਚਾਲ ਇਸ ਤਰ੍ਹਾਂ ਜਾਣਨਾ ਕਰੋ। ਵਰਨ ਸੁਣਾਵਤ ਹੋ ਤੁਝ ਜੈਸੇ, ਵਰਨਨ ਕਰਕੇ ਜਿਵੇਂ ਮੈਂ ਤੈਨੂੰ ਸੁਣਾ ਰਿਹਾ ਹਾਂ। ਕੇਤੇ ਜਨਮ ਕਰਮ ਸੁਭ ਕਰਹੀ, ਕਿਤਨੇ ਜਨਮ ਕਰਮ ਸੁਭ ਕਰਮ ਧਰਮ ਕਰਦਾ ਰਹੇ। ਅੰਤੈ ਕਰਨ ਮੈਲ ਪੁਨਕ ਹਰਹੀ, ਅੰਤੈ ਕਰਨ ਵਿੱਚ ਜੋ ਰਾਗ ਦਵੈਸ ਰੂਪੀ ਮੈਲ ਪਾਪਾਂ ਦੀ ਮੈਲ ਭਰੀ ਹੋਈ ਹੈ ਉਹ ਨਾਸ ਹੋ ਜਾਂਦੀ ਹੈ, ਚਿੱਤ ਨਿਰਮਲ ਹੋ ਜਾਂਦਾ ਹੈ। ਮਿਲ ਹੈ ਗੁਰੂ ਤਬ ਦੇ ਉਪਦੇਸਾ, ਜਿਸ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਕਿਰਪਾ ਕਰਕੇ ਜਦੋਂ ਉਪਦੇਸ਼ ਦਿੰਦੇ ਹਨ। ਮੋਚੈ ਬੰਧਨ ਜਗਤ ਕਲੇਸਾ, ਉਹ ਜਗਤ ਦੇ ਸਾਰੇ ਬੰਧਨਾਂ ਨੂੰ ਸਾਰੇ ਕਲੇਸਾਂ ਨੂੰ ਪੰਜ ਤਰ੍ਹਾਂ ਦੇ ਜੋ ਮਹਾਂ ਕਲੇਸ਼ ਹਨ ਕਲਯੁਗ ਦੇ, ਰਾਗ ਦਵੈਸ ਅਵਿਦਿਆ ਅਸਮਤਾ ਅਭਿਨਿਵੇਸ਼, ਪੰਜ ਤਰ੍ਹਾਂ ਦੇ ਕਲੇਸ਼ਾਂ ਨੂੰ ਕੱਢ ਦਿੰਦੇ ਹਨ। ਅਸ ਪਰਕਾਰ ਪਹੁੰਚੈ ਤੈ ਜਾਈ, ਇਸ ਪ੍ਰਕਾਰ ਉੱਥੇ ਉਸ ਦਰਖਤ ਦੀ ਚੋਟੀ ਤੇ ਜਾ ਪਹੁੰਚਦਾ ਹੈ ਪੰਛੀ ਦੀ ਚਾਲ ਚੱਲ ਕੇ ਉਡਾਰੀ ਮਾਰ ਕੇ। ਫਲ ਰੂਪੀ ਜੋ ਮੁਕਤ ਸੁਣਾਈ, ਹੇ ਰਾਜਨ ਜੋ ਮੁਕਤੀ ਰੂਪ ਫਲ ਬਾਰੇ ਕਹਿ ਕੇ ਤੈਨੂੰ ਸੁਣਾਇਆ ਹੈ। ਹਉਮੈ ਤਜਨੇ ਕੀ ਬਹੁ ਗਾਥਾ, ਜੋ ਹਉਮੈ ਤਿਆਗਣ ਦੀ ਬਹੁਤੀ ਗਾਥਾ ਹੈ। ਉਜਰੀ ਮਨ ਸੁਖ ਨਿਰਪ ਕੇ ਸਾਥਾ, ਹਉਮੈ ਤਿਆਗਣ ਦੀ ਸਾਰੀ ਰੀਤ ਰਾਜੇ ਸਿਵ ਨਾਭ ਦੇ ਤਾਈ ਭਾਈ ਮਨਸੁਖ ਸਾਹ ਨੇ ਕਹੀ। ਕਹੀ ਸਾਹੋ ਕੀ ਬਾਣੀ ਜੋਈ, ਔਰ ਮਨਸੁਖ ਸਾਹ ਦੀ ਕਹੀ ਹੋਈ ਜੋ ਬਾਣੀ ਹੈ। ਸਾਗਰੋ ਮਰਮ ਭੇਦ ਕੀ ਸੋਈ, ਰਾਜੇ ਸਿਵ ਨਾਭ ਦਾ ਮਰਮ ਅਸਥਲ ਬਿੰਨਿਆ ਗਿਆ, ਬਚਨਾ ਰੂਪ ਤੀਰ ਨੇ ਬਿੰਨ ਦਿੱਤਾ। ਕਸੀ ਤੁਫੰਗ ਮਾਰੀਏ ਜੈਸੇ, ਜਿਵੇਂ ਕੋਈ ਬੰਦੂਕ ਚ ਗੋਲੀ ਪਾ ਕੇ ਮਾਰਨਾ ਕਰੇ। ਘਾਇਲ ਭਯੋ ਪੁਵਾਲੂ ਤੈਸੇ, ਜਿਵੇਂ ਕਿਸੇ ਨੂੰ ਗੋਲੀ ਵੱਜੇ ਉਹ ਘਾਇਲ ਜ਼ਖਮੀ ਹੋ ਜਾਂਦਾ, ਇਸ ਤਰ੍ਹਾਂ ਰਾਜਾ ਸਿਵ ਨਾਭ ਜ਼ਖਮੀ ਹੋ ਗਿਆ, ਬਚਨਾ ਰੂਪ ਤੀਰ ਜਦੋਂ ਵੱਜਾ ਉਸ ਵੇਲੇ ਜ਼ਖਮੀ ਹੋ ਗਿਆ। ਸੂਚੀ ਤੁਪਕ ਕਉ ਨਾ ਕਰਈ, ਖਾਲੀ ਬੰਦੂਕ ਜ਼ਖਮ ਨਹੀਂ ਕਰਦੀ। ਬਿਨਾ ਕਮਾਏ ਸੋ ਐਸ ਉਚਰਈ, ਬਿਨਾ ਕਮਾਈ ਕੀਤੇ ਜੋ ਉਪਦੇਸ਼ ਦੇਣਾ ਹੈ ਉਹ ਨਿਸਫਲ ਹੈ, ਉਹਦਾ ਕੋਈ ਅਸਰ ਨਹੀਂ ਹੁੰਦਾ। ਆਪ ਉਪਦੇਸ਼ ਹੈ ਆਪ ਨਾ ਕਰੇ, ਆਪਦ ਜਾਪਦ ਜਨਮੈ ਮਰੇ। ਕਬੀਰ ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪਰਹਿ ਰੇਤ, ਰਾਸ ਬਿਨਾਨੀ ਰਾਖ ਤੇ ਖਾਇਆ ਘਰ ਕਾ ਖੇਤ। ਬਿਨਾਂ ਕਮਾਈ ਕੀਤੇ ਬਿਨਾਂ ਅਮਲ ਕੀਤੇ ਜੋ ਉਪਦੇਸ਼ ਕਰਨਾ ਹੈ ਉਹ ਨਿਸਫਲ ਹੈ। ਗਾਡੀ ਪਰੀ ਚਲੈ ਜੈ ਥਾਈ, ਦ੍ਰਿਸ਼ਟਾਂਤ ਦੇ ਕੇ ਭਾਈ ਮਨਸੁਖ ਸਾਹਿਬ ਜੀ ਰਾਜੇ ਸਿਵ ਨਾਭ ਨੂੰ ਸਮਝਾਉਂਦੇ ਹਨ, ਜਿਸ ਤਰ੍ਹਾਂ ਭਰੀ ਹੋਈ ਗੱਡੀ ਰਾਹ ਉੱਤੇ ਚੱਲਦੀ ਹੈ। ਤੋਰਤ ਧਰਨੀ ਕੋ ਸੋ ਜਾਈ, ਉਹ ਭਰੀ ਹੋਈ ਗੱਡੀ ਧਰਤੀ ਨੂੰ ਫੋੜਦੀ ਹੋਈ ਖੋਦੀ ਹੋਈ ਜਾਂਦੀ ਹੈ। ਉੱਚੀ ਜਾਏ ਉਪ
ਉਪਰੇ ਪੋਲੀ। ਜਿਹੜੀ ਖਾਲੀ ਗੱਡੀ ਹੋਵੇ ਉਹ ਪੋਲੀ ਚੱਲਦੀ ਹੈ, ਉਹ ਧਰਤੀ ਨੂੰ ਨਹੀਂ ਪੁੱਟਦੀ। ਤਿਉਂ ਮਨ ਸੁਖ ਕੀ ਜਾਨ ਬੋਲੀ। ਇਸੇ ਤਰ੍ਹਾਂ ਕਵੀ ਜੀ ਵਰਣਨ ਕਰ ਰਹੇ ਹਨ, ਭਾਈ ਮਨਸੁਖ ਸਾਹ ਦੀ ਬੋਲੀ ਜਾਣਨਾ ਕਰੋ। ਗੁਰਮੁਖ ਮਨ ਸੁਖ ਕੀ ਸੁਭ ਬਾਣੀ। ਗੁਰਮੁਖ ਭਾਈ ਮਨਸੁਖ ਸਾਹ ਦੀ ਜੋ ਸੁਭ ਬਾਣੀ ਹੈ, ਨੀਕੇ ਨਿਰਪਕੈ ਮਨ ਮੈਂ ਮਾਨੀ। ਔਰ ਰਾਜੇ ਸਿਵ ਨਾਭ ਨੇ ਚੰਗੀ ਤਰ੍ਹਾਂ ਸਮਝ ਕੇ ਮਨ ਵਿੱਚ ਮੰਨ ਲਈ। ਕੋ ਪੂਰਾ ਰਾਜਾ ਸਿਵ ਨਾਮ ਸੋਚਣ ਲੱਗਿਆ, ਇਸ ਨੂੰ ਕੋਈ ਪੂਰਾ ਗੁਰੂ ਮਿਲਿਆ ਹੋਣਾ। ਪਾਇਓ ਗਿਆਨ ਕੀਓ ਭ੍ਰਮ ਦੂਰਾ। ਜਿਸ ਨੇ ਪੂਰੇ ਗੁਰਾਂ ਪਾਸੋਂ ਗਿਆਨ ਪਾ ਕੇ ਆਪਣੇ ਅੰਦਰੋਂ ਭਰਮ ਨੂੰ ਦੂਰ ਕਰ ਲਿਆ। ਹੱਸ ਵਿਚਾਰ ਕਰ ਬੋਲਿਓ ਬਾਨੀ। ਔਰ ਰਾਜਾ ਸਿਵ ਨਾਮ ਇਉਂ ਵਿਚਾਰ ਕਰਕੇ ਕਹਿਣ ਲੱਗਿਆ, ਧਨ ਸਹੋ ਸੁਮਤੇ ਗੁਣ ਖਾਨੀ। ਹੇ ਮਨਸੁਖ ਸਾਹ, ਤੂੰ ਧਨ ਹੈ, ਤੇਰੀ ਸ੍ਰੇਠ ਬੁੱਧੀ ਹੈ। ਕੌਣ ਗੁਰੂ ਤਬ ਨਾਮ ਅਲਾਭ ਹੋ। ਤੇਰਾ ਗੁਰੂ ਕੌਣ ਹੈ, ਤੂੰ ਆਪਣੇ ਗੁਰੂ ਦਾ ਨਾਮ ਕਹਿਣਾ ਕਰ। ਦਿਨ ਕੀ ਬਾਣੀ ਬੋਹਰ ਸੁਣਾਵ ਹੋ। ਆਪਣੇ ਗੁਰੂ ਦੀ ਬਾਣੀ ਪੁਨਾ ਮੈਨੂੰ ਸੁਣਾਉਣਾ ਕਰ। ਜੇ ਕਹਿ ਨਿਕਟ ਵਿਵੇਕ ਹੈ ਪਾਵਾ। ਜਿਸ ਸਮਰੱਥ ਗੁਰੂ ਪਾਸੋਂ ਤੂੰ ਵਿਵੇਕ ਗਿਆਨ ਪਾਇਆ ਹੈ। ਵਿਵੇਕ ਗਿਆਨ ਉਹ ਹੁੰਦਾ ਹੈ ਜੋ ਦੋ ਤੋਂ ਇੱਕ ਕਰਨ ਵਾਲਾ ਗਿਆਨ, ਉਸਨੂੰ ਵਿਵੇਕ ਗਿਆਨ ਆਖਦੇ ਹਨ। ਇੱਕ ਯਥਾਰਥ ਗਿਆਨ ਹੁੰਦਾ ਜੋ ਪਰਮਾਤਮਾ ਦਾ ਗਿਆਨ ਯਥਾਰਥ ਗਿਆਨ ਹੈ, ਇੱਕ ਵਿਵੇਕ ਗਿਆਨ ਹੈ। ਭੱਟਾਂ ਨੇ ਸਵਈਏ ਵਿੱਚ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ, ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ ਅਗਨ ਘਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਦ ਕਬ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਾਉ ਕੀਓ ਤੇ ਅਕਿਅਤ ਸੰਸਾਰ ਮੈਂ। ਨਲ ਨਾਮੇ ਭੱਟ ਲਿਖਦਾ ਹੈ ਕਿ ਗੁਰੂ ਤੋਂ ਬਿਨਾਂ ਅਗਿਆਨਤਾ ਦਾ ਘੁੱਪ ਹਨੇਰਾ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ, ਗੁਰੂ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੁੰਦੀ। ਗੁਰੂ ਸਮਰੱਥ ਹੈ, ਗੁਰ ਜਹਾਜ਼ ਖੇਵਟ ਗੁਰੂ, ਗੁਰਬਿਨ ਤਰਿਆ ਨਾ ਕੋਏ। ਗੁਰੂ ਤੋਂ ਬਿਨਾਂ ਅੱਜ ਤੱਕ ਕੋਈ ਨਹੀਂ ਤਰਿਆ। ਗੁਰੂ ਸਮਰੱਥ ਹਨ ਜਿਨ੍ਹਾਂ ਨੇ ਭੁੱਲੇ ਭਟਕਿਆਂ ਨੂੰ ਸਿੱਧਾ ਰਾਹ ਦੱਸਿਆ। ਬਾਹਰ ਜਾਉਂ ਗੁਰ ਆਪਣੇ ਉੱਪਰ, ਜਿਨ ਹਰ ਹਰ ਨਾਮ ਦ੍ਰਿੜਾਇਆ, ਮਹਾਂ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ। ਜਿਸ ਸਮਰੱਥ ਗੁਰੂ ਨੇ ਸਾਨੂੰ ਸਿੱਧਾ ਰਾਹ ਸੁਖੈਨ ਰਾਹ ਦੱਸਿਆ, ਪੰਛੀ ਦਾ ਮਾਰਗ ਦੱਸਿਆ, ਐਸੇ ਗੁਰਾਂ ਤੋਂ ਬਲਿਹਾਰ ਜਾਈਏ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸੋ ਚੂੜਾਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੱਗੇ ਵਰਣਨ ਕਰ ਰਹੇ ਹਨ। ਓ ਅਸ ਕਲ ਮੈਂ ਜਗ ਪ੍ਰਗਟਾਵਾ। ਰਾਜਾ ਸਿਵ ਨਾਮ ਪੁੱਛਦਾ ਮਨਸੁਖ ਸਾਹ ਨੂੰ ਕਿਹੜਾ ਕਲਯੁਗ ਦੇ ਵਿੱਚ ਐਸਾ ਪ੍ਰਗਟ ਹੋਇਆ ਹੈ। ਸੁਣ ਨਰੇਸ ਕੇ ਮਨ ਸੁਖ ਬੈਨਾ। ਭਾਈ ਮਨਸੁਖ ਸਾਹ ਨੇ ਰਾਜੇ ਸਿਵ ਨਾਮ ਦੇ ਬਚਨ ਸੁਣ ਕੇ ਕਹਿਓ ਨਾਮ ਸ੍ਰੀ ਗੁਰ ਗੁਣ ਐਨਾ। ਸੁਭ ਗੁਣਾਂ ਦੇ ਘਰ ਸਤਿਗੁਰੂ ਨਾਨਕ ਦੇਵ ਮਹਾਰਾਜ, ਜਗਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਨਾਉ ਲੈਣਾ ਕੀਤਾ। ਨਾਨਕ ਸਭ ਪਾਤਕ ਹਾਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਪਾਪਾਂ ਦੇ ਨਾਸ਼ ਕਰਨ ਵਾਲੇ ਹਨ। ਅਸ ਕੈ ਪ੍ਰੇਮ ਬੜਿਓ ਔਰ ਭਾਰੀ। ਇਉਂ ਕਹਿ ਕੇ ਮਨਸੁਖ ਸਾਹ ਦੇ ਹਿਰਦੇ ਵਿੱਚ ਬੜਾ ਭਾਰੀ ਪ੍ਰੇਮ ਪੈਦਾ ਹੋਇਆ। ਗਦ ਗਦ ਬਾਣੀ ਪੁਲਕੇ ਅੰਗਾ। ਬਾਣੀ ਗਦ ਗਦ ਹੋ ਗਈ, ਕੰਠ ਅਵਰੁੱਧ ਹੋ ਗਿਆ, ਅੰਗ ਸਾਰੇ ਪੁਲਕਿਤ ਹੋ ਗਏ, ਰੋਮਾਂਚਿਤ ਹੋ ਗਏ, ਖਿੜ ਗਏ ਸਾਰੇ ਅੰਗ। ਲੋਚਨ ਛਾਵਾ ਨੀਰ ਉਮੰਗਾ। ਅੱਖਾਂ ਚ ਜਲ ਛਾ ਗਿਆ, ਭਰ ਗਿਆ, ਨੇਤਰ ਸਜਲ ਹੋ ਗਏ। ਕਿਤਕ ਕਾਲ ਮੈਂ ਧਰ ਕਰ ਧੀਰਾ। ਔਰ ਕਿਤਨੇ ਸਮੇਂ ਵਿੱਚ ਧੀਰਜ ਧਾਰ ਕੇ ਗੁਰਬਾਣੀ ਪੜ ਗੁਣੀ ਗਹੀਰਾ। ਗੁਰਬਾਣੀ ਨੂੰ ਗੁਣਾਂ ਦੇ ਗਹੀਰ ਸਮੁੰਦਰ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ
ਪੜਨਾ ਕੀਤੀ ਗੁਰਬਾਣੀ ਪੜਨਾ ਕੀਤਾ ਪਰਮ ਪ੍ਰੇਮ ਭੂਪਤ ਉਪਜਾਵਾ ਔਰ ਗੁਣਾਂ ਦੇ ਸਮੁੰਦਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਸੁਣ ਕਰਕੇ ਰਾਜੇ ਸਿਵਨਾਭ ਦੇ ਹਿਰਦੇ ਵਿੱਚ ਬਹੁਤ ਪ੍ਰੇਮ ਪੈਦਾ ਹੋਇਆ ਦਰਸ਼ਨ ਕਰਨ ਹੇਤ ਉਮਗਾਵਾ ਰਾਜਾ ਸਿਵਨਾਭ ਐਸੇ ਸਮਰੱਥ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਤਤਪਰ ਹੋਇਆ ਸੁਣ ਸ੍ਰੀ ਗੁਰ ਕੇ ਬਚਨ ਅਨੂਪਾ ਉਪਮਾ ਤੋਂ ਰਹਿਤ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਮਨ ਸੁਖ ਸੋ ਬੋਲਿਓ ਤਬ ਭੂਪਾ ਰਾਜਾ ਸਿਵਨਾਭ ਤਦੋਂ ਮਨ ਸੁਖ ਸਾਹ ਦੇ ਤਾਈ ਬੋਲਿਆ ਮੁਝ ਕੋ ਦਰਸ਼ ਦੇਹ ਕਰਾਈ ਹੇ ਮਨਸੁਖ ਸਾਹਿਬ ਮੈਨੂੰ ਐਸੇ ਸਮਰੱਥ ਸਤਿਗੁਰਾਂ ਦੇ ਦਰਸ਼ਨ ਕਰਾਵੋ ਕਰ ਉਪਕਾਰ ਦੀਨ ਕੀ ਨਿਆਈ ਜਿਵੇਂ ਗਰੀਬਾਂ ਦੇ ਉੱਪਰ ਦਇਆ ਕਰਨੀ ਹੈ ਇਸ ਤਰ੍ਹਾਂ ਮੇਰੇ ਉੱਪਰ ਦਇਆ ਕਰੋ ਪਰ ਉਪਕਾਰ ਕਰੋ ਸਤਿਗੁਰਾਂ ਦੇ ਦਰਸ਼ਨ ਕਰਾਵੋ ਜਿਸ ਪ੍ਰਕਾਰ ਸ੍ਰੀ ਨਾਨਕ ਪੂਰਨ ਜਿਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਨ ਗੁਰ ਅਵਤਾਰ ਹਨ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਹਨ ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਭੱਟਾਂ ਨੇ ਬੜੀ ਉਪਮਾ ਕੀਤੀ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਪਮਾ ਕਰਦਿਆਂ ਭੱਟ ਲਿਖਦੇ ਹਨ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕਉ ਰਾਜ ਅਭੈ ਭਗਤਹਿ ਜਨ ਦੀਓ ਕਲਯੁਗ ਪਰਮਾਨ ਨਾਨਕ ਗੁਰੂ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ ਹੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਨੇ ਹੀ ਸਤਿਯੁਗ ਵਿੱਚ ਬਾਵਨ ਅਵਤਾਰ ਧਾਰਿਆ ਆਪ ਜੀ ਨੇ ਹੀ ਤ੍ਰੇਤੇ ਵਿੱਚ ਰਾਮ ਚੰਦਰ ਅਵਤਾਰ ਧਾਰਿਆ ਆਪ ਜੀ ਨੇ ਦੁਆਪਰ ਵਿੱਚ ਕ੍ਰਿਸ਼ਨ ਅਵਤਾਰ ਧਾਰਿਆ ਹੁਣ ਕਲਯੁਗ ਦੇ ਵਿੱਚ ਆਪ ਗੁਰੂ ਨਾਨਕ ਕਹਾਏ ਹੋ ਸੋ ਅਕਾਲ ਪੁਰਖ ਵਾਹਿਗੁਰੂ ਆਪ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਇਆ ਕਲਯੁਗ ਦੇ ਵਿੱਚ ਚੂੜਾਮਨ ਕਵੀ ਅੱਗੇ ਉਪਮਾ ਕਰਦੇ ਹੋਏ ਵਰਣਨ ਕਰਦੇ ਹਨ ਮਿਲਹਿ ਉਪਾਏ ਕਰਹੁ ਸਤੂਰਨ ਮਿਲਹਿ ਉਪਾਏ ਕਰੋ ਸੋ ਤੂਰਨ ਉਹ ਛੇਤੀ ਉਪਾਅ ਕਰੋ ਜਿਸ ਕਰਕੇ ਪੂਰੇ ਸਤਿਗੁਰੂ ਜੀ ਮੈਨੂੰ ਮਿਲ ਜਾਣ ਗਵਨੋ ਮੈਂ ਅਬ ਤੁਮਰੇ ਸੰਗਾ ਰਾਜਾ ਸਿਵਨਾਭ ਕਹਿਣ ਲੱਗਾ ਹੇ ਮਨਸੁਖ ਸਾਹਿਬ ਮੈਂ ਹੁਣ ਤੇਰੇ ਨਾਲ ਚੱਲਦਾ ਹਾਂ ਤਜ ਕਰ ਦੇਸ ਰਾਜ ਸਰਬੰਗਾ ਸਾਰਾ ਰਾਜ ਭਾਗ ਦੇਸ ਛੱਡ ਕੇ ਮੈਂ ਤੇਰੇ ਨਾਲ ਚੱਲਦਾ ਹਾਂ ਕਰ ਕੇ ਦਰਸ਼ਨ ਭਰਮ ਮਿਟਾਵੋ ਮੈਂ ਐਸੇ ਸਮਰੱਥ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣੇ ਮਨ ਦਾ ਭਰਮ ਮਿਟਾਵਾਂਗਾ ਤੇ ਉਪਦੇਸ਼ ਪਰਮ ਪਦ ਪਾਵੋ ਸਤਿਗੁਰਾਂ ਪਾਸੋਂ ਉਪਦੇਸ਼ ਲੈ ਕਰਕੇ ਆਪਣੇ ਸਾਰੇ ਮਨ ਦੇ ਭਰਮ ਨੂੰ ਦੂਰ ਕਰ ਲਵਾਂਗਾ ਜਿਨਕੇ ਬਚਨ ਚੁਬੇ ਮਨ ਮੇਰੇ ਔਰ ਜਿਨ੍ਹਾਂ ਦੇ ਬਚਨ ਮੇਰੇ ਮਨ ਵਿੱਚ ਚੁਭ ਗਏ ਹਨ ਤੀਰ ਵਾਂਗ ਚੁਭ ਗਏ ਹਨ ਮੇਰੇ ਮਨ ਵਿੱਚ ਸ਼ਾਂਤੀ ਨ ਆਵਤ ਬਿਨ ਅਬਹੇਰੇ ਹੁਣ ਸ਼ਾਂਤੀ ਨਹੀਂ ਆਉਂਦੀ ਬਿਨਾਂ ਦਰਸ਼ਨ ਕੀਤਿਆਂ ਦਰਸ਼ਨ ਕੀਤੇ ਬਗੈਰ ਹੁਣ ਸ਼ਾਂਤੀ ਨਹੀਂ ਆਵੇਗੀ ਬਨਜ ਨਿਕਟ ਹੈ ਤੁਮਰੇ ਜੇਤੋ ਰਾਜਾ ਸਿਵਨਾਭ ਕਹਿਣ ਲੱਗਾ ਹੇ ਮਨਸੁਖ ਸਾਹ ਜਿੰਨਾ ਤੇਰਾ ਸੌਦਾ ਪੱਤਾ ਤੇਰੇ ਪਾਸ ਜੋ ਤੂੰ ਵਣਜ ਵਪਾਰ ਵਾਸਤੇ ਆਇਆ ਹੈ ਸੌਦਾ ਕਰੋ ਸਦਨ ਮਮਤੇ ਤੋ ਉਹ ਮੇਰੇ ਪਾਸ ਤੂੰ ਸਾਰਾ ਤੂੰ ਸੌਦਾ ਕਰ ਲੈ ਵੇਚ ਲੈ ਉਹ ਸਾਰਾ ਤੇਰਾ ਸੌਦਾ ਮੈਂ ਖਰੀਦ ਲੈਂਦਾ ਕਿਉਂਕਿ ਸੌਦਾ ਵੇਚਣ ਵਿੱਚ ਸਮਾਂ ਲੱਗੇਗਾ ਇੰਨਾ ਸਮਾਂ ਮੈਂ ਇੰਤਜ਼ਾਰ ਨਹੀਂ ਕਰ ਸਕਦਾ ਸਾਰਾ ਸੌਦਾ ਮੈਂ ਖਰੀਦ ਲੈਂਦਾ ਤੂੰ ਮੇਰੇ ਨਾਲ ਚੱਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਉਣਾ ਕਰ ਗਮਨੋ ਪੁਨ ਨਹਿ ਬਿਲਮ ਲਗਾਵੋ ਉਨਾ ਛੇਤੀ ਮੇਰੇ ਨਾਲ ਚੱਲੋ ਦੇਰੀ ਨਾ ਕਰੋ ਜਹ ਸ੍ਰੀ ਨਾਨਕ ਤਹਾਂ ਪਹੁੰਚਾਵੋ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬਿਰਾਜਦੇ ਹਨ ਉੱਥੇ ਮੈਨੂੰ ਪਹੁੰਚਾਉਣਾ ਕਰੋ ਜਾਗਿਓ ਪ੍ਰੇਮ ਭੂਪਤ ਵੱਡ ਭਾਗੀ ਔਰ ਵੱਡ ਭਾਗੀ ਰਾਜੇ ਸਿਵਨਾਭ ਦੇ ਮਨ ਚ ਬੜਾ ਪ੍ਰੇਮ ਜਾਗ ਵੇਖ ਮਨ ਸੁਖ ਬੋਲਿਓ ਅਨੁਰਾਗੀ ਇਹ ਸੁਣ ਕੇ ਭਾਈ ਮਨਸੁਖ ਸਾਹ ਨੇ ਰਾਜੇ ਸਿਵਨਾਭ ਨੂੰ ਇਉਂ ਕਹਿਆ ਇਸ ਪ੍ਰਕਾਰ ਨਾ ਕਰੋ ਰਜਾਨਾ ਇਹ ਰਾਜਨ ਇਸ ਤਰ੍ਹਾਂ ਨਾ ਕਰੋ ਤਜ ਕਰ ਦੇਸ ਨਾ ਬਨ ਹਪਿਆਨਾ ਦੇਸ ਰਾਜ ਭਾਗ ਛੱਡ ਕੇ ਜਾਣਾ ਨਹੀਂ ਬਣਦਾ ਜੇ ਤੂੰ ਚਲੋ ਸੰਗ ਤੇ ਦੇਸਾ ਔਰ ਜੇ
ਜੇ ਤੁਮ ਚਲੋ ਸੰਗ ਤੇ ਦੇਸਾ ਉਹਨਾਂ ਦੇ ਦੇਸ਼ ਵਿੱਚ ਪ੍ਰੀਤਮ ਦੇ ਦੇਸ਼ ਜਾਣਾ ਚਾਹੁੰਦੇ ਹੋ ਉਹ ਦਿਨ ਮੈਂ ਦਰਸਹਿ ਜਗ ਤੇ ਸਾ ਔਰ ਕੇ ਬਹੁਤ ਦਿਨਾਂ ਬਾਅਦ ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ ਇਹਾਂ ਪ੍ਰੇਮ ਕਰ ਚਿੱਤ ਵਹਿ ਮਨ ਮੈਂ ਇਹ ਰਾਜਨ ਇੱਥੇ ਹੀ ਬੈਠ ਕਰਕੇ ਹਿਰਦੇ ਵਿੱਚ ਪ੍ਰੇਮ ਧਾਰ ਕੇ ਸਰਦਾ ਭਾਵਨਾ ਦੇ ਨਾਲ ਤੂੰ ਚੇਤੇ ਕਰੇਗਾ ਦਰਸ਼ਨ ਦੇਖੈ ਥੋਰਨ ਦਿਨ ਮੈਂ ਤਾਂ ਥੋੜੇ ਦਿਨਾਂ ਵਿੱਚ ਪਾਤਸ਼ਾਹ ਜੀ ਦੇ ਦਰਸ਼ਨ ਘਰ ਬੈਠਿਆ ਤੈਨੂੰ ਹੋ ਜਾਣਗੇ ਸ੍ਰੀ ਨਾਨਕ ਜੀ ਅੰਤਰ ਜਾਮੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅੰਤਰ ਜਾਮੀ ਹਨ ਸਰਬ ਥਾਨ ਗਿਆਤਾ ਜਗ ਸਵਾਮੀ ਔਰ ਸਾਰੇ ਜਗਤ ਦੇ ਗਿਆਤਾ ਹਨ ਉਹ ਸਰਬ ਕਲਾ ਕਾ ਗਿਆਤਾ ਸਭ ਥਾਂ ਤੇ ਵਿਆਪਕ ਸਾਰੇ ਜਗਤ ਦੇ ਮਾਲਕ ਹਨ ਜੋ ਦਿਲੋਂ ਯਾਦ ਕਰਦਾ ਹੈ ਗੁਰੂ ਸਾਹਿਬ ਜੀ ਉਸੇ ਵੇਲੇ ਹਾਜ਼ਰ ਹੋ ਜਾਂਦੇ ਹਨ ਬਾਰੰਬਾਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਭੈਣ ਬੇਬੇ ਨਾਨਕੀ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਕਦੋਂ ਦਰਸ਼ਨ ਦਿਓਗੇ ਤੁਸੀਂ ਬਹੁਤ ਚਿਰ ਬਾਅਦ ਆਉਂਦੇ ਹੋ ਅਤੇ ਉਸ ਵੇਲੇ ਨਿਮਰਤਾ ਸਹਿਤ ਗੁਰੂ ਸਾਹਿਬ ਜੀ ਨੇ ਕਿਹਾ ਭੈਣ ਜੀ ਜਦੋਂ ਤੁਸੀਂ ਸਾਨੂੰ ਯਾਦ ਕਰੋਗੇ ਮੈਂ ਦੂਰ ਹੋਵਾਂ ਜਾਂ ਨੇੜੇ ਹੋਵਾਂ ਮੈਂ ਹਾਜ਼ਰ ਹੋ ਜਾਵਾਂਗਾ ਇੱਕ ਵਾਰੀ ਭਾਈ ਮਰਦਾਨੇ ਦੀ ਬੇਨਤੀ ਪ੍ਰਵਾਨ ਕਰਕੇ ਮੱਕੇ ਲੈ ਗਏ ਜਦੋਂ ਭਾਈ ਮਰਦਾਨੇ ਨੇ ਕਿਹਾ ਮੈਨੂੰ ਮੱਕੇ ਦੇ ਦਰਸ਼ਨ ਕਰਾਓ ਗੁਰੂ ਸਾਹਿਬ ਮੱਕੇ ਦੇ ਦਰਸ਼ਨ ਕਰਾਏ ਭੈਣ ਬੇਬੇ ਨਾਨਕੀ ਜੀ ਨੇ ਯਾਦ ਕੀਤਾ ਉਸੇ ਵੇਲੇ ਗੁਰੂ ਸਾਹਿਬ ਨੇ ਕਿਹਾ ਚੱਲ ਮਰਦਾਨਿਆਂ ਚੱਲੀਏ ਮਹਾਰਾਜ ਹੁਣ ਤਾਂ ਰਾਤ ਹੈ ਸਵੇਰੇ ਚੱਲਾਂਗੇ ਕਹਿੰਦਾ ਨਹੀਂ ਹੁਣੇ ਚੱਲ ਨੇਤਰ ਬੰਦ ਕੀਤੇ ਔਰ ਸੁਲਤਾਨਪੁਰ ਪਹੁੰਚ ਗਏ ਸੋ ਜੋ ਸਰਦਾ ਭਾਵਨਾ ਦੇ ਨਾਲ ਯਾਦ ਕਰਦਾ ਗੁਰੂ ਸਾਹਿਬ ਜੀ ਉੱਥੇ ਹਾਜ਼ਰ ਹੋ ਜਾਂਦੇ ਹਨ ਪੂਰਨ ਪ੍ਰੇਮ ਦੇਖ ਕਰ ਤੇਰਾ ਹੇ ਰਾਜਨ ਤੇਰਾ ਪੂਰਨ ਪ੍ਰੇਮ ਦੇਖ ਕਰਕੇ ਦਰਸ਼ਨ ਦੇ ਆਏ ਬਿਨ ਤੇਰਾ ਬਿਨਾਂ ਦੇਰੀ ਤੋਂ ਆ ਕੇ ਤੈਨੂੰ ਅਬਸ ਦਰਸ਼ਨ ਦੇਣਗੇ ਕਹਿਤ ਨਿਰਪਤ ਪਰਖੋ ਕਿਸ ਭਾਂਤੀ ਔਰ ਰਾਜਾ ਕਹਿਣ ਲੱਗਿਆ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਮੈਂ ਪਰਖਾਂਗਾ ਕਿ ਇਹੀ ਸਤਿਗੁਰੂ ਨਾਨਕ ਦੇਵ ਜੀ ਹਨ ਮੁਝੇ ਬਤਾਵ ਗੋਤ ਸੁਜਾਤੀ ਔਰ ਮੈਨੂੰ ਦੱਸਣਾ ਕਰੋ ਉਹਨਾਂ ਦੀ ਗੋਤ ਕੀ ਹੈ ਜਾਤੀ ਕੀ ਹੈ ਮੈਂ ਕਿਸ ਤਰ੍ਹਾਂ ਪਰਖਾਂਗਾ ਤੁਸੀਂ ਤਾਂ ਕਹਿੰਦੇ ਹੋ ਕਿ ਗੁਰੂ ਸਾਹਿਬ ਜੀ ਇੱਥੇ ਹੀ ਆ ਕੇ ਦਰਸ਼ਨ ਦੇਣਗੇ ਮੰਨ ਲਓ ਜੇ ਇੱਥੇ ਸਾਡੇ ਕੋਲ ਆ ਗਏ ਤੇ ਕਿਵੇਂ ਪਰਖਾਂਗਾ ਕਿ ਇਹੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਜਦੋਂ ਇਹ ਸਾਰੀ ਵਾਰਤਾ ਹੋਰ ਸਾਰੇ ਸੰਤਾਂ ਨੇ ਸੁਣੀ ਉਹ ਸਭ ਨਾਨਕ ਬਣ ਕੇ ਆ ਕੇ ਇਕੱਠੇ ਹੋ ਗਏ ਰਾਜੇ ਸਿਵ ਨਾਮ ਦੇ ਕੋਲ ਉਸਦੇ ਬਾਗ ਵਿੱਚ ਇੱਕ ਧਰਮਸਾਲ ਬਣਾਈ ਹੋਈ ਸੀ ਉੱਥੇ ਸਾਰੇ ਆਪਣੇ ਆਪ ਨੂੰ ਨਾਨਕ ਔਰ ਸਿੱਧ ਕਰਨ ਲੱਗੇ ਕਿ ਮੈਂ ਹੀ ਨਾਨਕ ਹਾਂ ਉਹਨੇ ਸਭ ਦੀ ਪ੍ਰੀਖਿਆ ਲਈ ਅਤੇ ਸਾਰੇ ਕੱਚੇ ਨਿਕਲੇ ਫੇਲ ਹੋ ਗਏ ਜਿਸ ਵੇਲੇ ਅਸਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾ ਦੀਪ ਗਏ ਤੇ ਰਾਜਕੁਮਾਰੀਆਂ ਨੂੰ ਪਦਮਨੀ ਜਾਤੀ ਦੀਆਂ ਰਾਜਕੁਮਾਰੀਆਂ ਨੂੰ ਭੇਜਿਆ ਉਹ ਆ ਕੇ ਨਿਰਤਕਾਰੀ ਕਰਨ ਲੱਗੀਆਂ ਗੁਰੂ ਸਾਹਿਬ ਜੀ ਨੂੰ ਰਜਾਉਣ ਲੱਗੀਆਂ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਪੁੱਤਰੀਓ ਤੁਸੀਂ ਵੀ ਇਸਤਰੀ ਤੇ ਮੈਂ ਵੀ ਇਸਤਰੀ 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 ਨੂੰ ਕਿਵੇਂ ਰਜਾ ਸਕਦੀ ਕਿਵੇਂ ਮੋਹਿਤ ਕਰ ਸਕਦੀ ਹੈ ਵਿਪਰੀਤ ਵਿੱਚ ਆਕਰਸ਼ਣ ਹੁੰਦਾ ਹੈ ਇਸਤਰੀ ਇਸਤਰੀ ਨੂੰ ਮੋਹਿਤ ਨਹੀਂ ਕਰ ਸਕਦੀ ਤੁਸੀਂ ਵੀ ਇਸਤਰੀ ਮੈਂ ਵੀ ਇਸਤਰੀ ਹਾਂ ਉੱਥੇ ਸ਼ਬਦ ਉਚਾਰਨ ਕੀਤਾ ਗਾਛਵ ਪੁੱਤਰੀ ਰਾਜਕੁਮਾਰ ਨਾਮ ਭਣੋ ਸਜ ਦੋਤ ਸਵਾਰ ਇਹ ਰਾਜਕੁਮਾਰੀਓ ਪੁੱਤਰੀਓ ਵਿਸੇ ਵਿਕਾਰਾਂ 'ਚ ਕੋਈ ਸੁੱਖ ਨਹੀਂ ਸਭ ਸੁੱਖ ਹਰ ਕੈ ਨਾ ਹੈ ਸਾਰੇ ਸੁੱਖ ਹਰੀ ਨਾਮ ਜਪਣ ਕਰਕੇ ਪ੍ਰਾਪਤ ਹੁੰਦੇ ਹਨ ਸੋ ਰਾਜੇ ਸਿਵ ਨਾਮ ਨੇ ਭਾਈ ਮਨਸੁਖ ਸਾਹਿਬ ਨੂੰ ਪੁੱਛਿਆ ਕਿ ਜੇ ਗੁਰੂ ਸਾਹਿਬ ਜੀ ਆ ਗਏ ਕਿਸ ਤਰ੍ਹਾਂ ਮੈਂ ਪਰਖਾਂਗਾ ਉਹਨਾਂ ਦੀ ਗੋਦ ਕੀ ਹੈ ਉਹਨਾਂ ਦੀ ਜਾਤੀ ਕੀ ਹੈ ਕਿਸ ਪ੍ਰਕਾਰ ਕੋ ਵੇਖ ਸਰੀਰਾ ਸਰੀਰ ਦੇ ਉੱਪਰ ਕਿਸ ਪ੍ਰਕਾਰ ਦਾ ਭੇਖ ਧਾਰਿਆ ਹੋਇਆ ਹੈ ਕੌਣ ਨਗਰ ਰਹਿ ਗੁਣੀ ਗਹੀਰਾ ਸੁਭ ਗੁਣਾਂ ਦੇ ਖਜ਼ਾਨੇ ਗੁਰੂ ਸਾਹਿਬ ਜੀ ਕਿਸ ਨਗਰ ਵਿੱਚ ਰਹਿੰਦੇ ਹਨ ਸੁਣ ਮਨ ਸੁਖ ਨ ਬਚਨ ਉਚਾਰਾ ਭਾਈ
ਮਨਸੁਖ ਸਾਹ ਨੇ ਸੁਣ ਕੇ ਇਉਂ ਕਹਿਆ, ਤਿਨਕੋ ਪਰਖਣ ਦੁਸਤਰ ਪਾਰਾ। ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪਰਖਣਾ ਬਹੁਤ ਕਠਿਨ ਹੈ। ਬੇਦੀ ਬੰਸ ਖੱਤਰੀ ਜਾਤੀ, ਬੇਦੀ ਬੰਸ ਹੈ, ਜਾਤੀ ਖੱਤਰੀ ਹੈ। ਜਨਮ ਪੂਰੀ ਤਲਵੰਡੀ ਖਿਆਤੀ, ਔਰ ਤਲਵੰਡੀ ਜਨਮ ਭੂਮੀ ਹੈ, ਪ੍ਰਗਟ ਹੈ ਸੰਸਾਰ ਵਿੱਚ। ਕ੍ਰਿਤ ਕੀ ਕਰੀ ਕਛਪੁਰ ਸੁਲਤਾਨਾ, ਔਰ ਸੁਲਤਾਨਪੁਰ ਵਿਖੇ ਕੁਝ ਕਿਰਤ ਕੀਤੀ ਮੋਦੀ ਖਾਨੇ ਦੀ, ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਕੁਝ ਸਮਾਂ ਕੰਮ ਕਰਦੇ ਰਹੇ। ਅਬ ਤਜ ਦੀਨੋ ਮੋਦੀ ਖਾਨਾ, ਹੁਣ ਮੋਦੀ ਖਾਨਾ ਛੱਡ ਦਿੱਤਾ ਹੈ। ਵੇਖ ਹਤੀ ਤਨ ਕਾ ਕਰ ਵੈਸੇ, ਔਰ ਕਵੀ ਜੀ ਵਰਣਨ ਕਰ ਰਹੇ ਹਨ, ਭਾਈ ਮਨਸੁਖ ਸਾਹ ਦੱਸਣ ਲੱਗਿਆ, ਹੇ ਰਾਜਨ, ਅਤੀਤਾਂ ਵਾਲਾ ਸਾਧੂਆਂ ਵਾਲਾ ਭੇਖ ਧਾਰਨ ਕੀਤਾ ਹੋਇਆ ਸਰੀਰ ਤੇ, ਸੰਗ ਕਰਤੀ ਮਾਇਕ ਨਰ ਜੈਸੇ, ਮਾਇਕ ਮਾਇਆਵੀ ਮਨੁੱਖਾਂ ਜੈਸੇ ਸਵਾਂਗ ਕਰਦੇ ਹਨ। ਇਹ ਸਭ ਪਤੇ ਲੀਨ ਲਿਖ ਭੂਪਾ, ਰਾਜੇ ਸਿਵ ਨਾਵ ਨੇ ਪਤੇ ਨਿਸ਼ਾਨੀਆਂ ਸਭ ਲਿਖ ਲਈਆਂ। ਜੇ ਉਰ ਜਾਗਿਓ ਪ੍ਰੇਮ ਅਨੂਪਾ, ਉਪਮਾ ਤੋਂ ਰਹਿਤ ਔਰ ਅਤਿਅੰਤ ਪ੍ਰੇਮ ਪੈਦਾ ਹੋਇਆ ਮਨ ਵਿੱਚ। ਮਨ ਸੁਖ ਕੋ ਬੂਜੀ ਗੁਣ ਖਾਨੀ, ਔਰ ਮਨਸੁਖ ਨੂੰ ਗੁਣਾਂ ਦੀ ਖਾਨ ਬਾਰੇ ਭਾਈ ਮਨਸੁਖ ਸਾਹ ਨੂੰ ਜਦੋਂ ਪੁੱਛਿਆ ਰਾਜੇ ਸਿਵ ਨਾਵ ਨੇ, ਲਿਖੀ ਮਨੋਹਰ ਸ੍ਰੀ ਗੁਰਬਾਨੀ, ਔਰ ਰਾਜੇ ਸਿਵ ਨਾਵ ਨੇ ਭਾਈ ਮਨਸੁਖ ਸਾਹ ਪਾਸੋਂ ਪੁੱਛ ਪੁੱਛ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਰੀ ਬਾਣੀ ਆਪ ਲਿਖ ਲਈ। ਰਹਿਓ ਜਿਤੇ ਦਿਨ ਨਗਰ ਮਜਾਰਾ, ਔਰ ਜਿਤਨੇ ਦਿਨ ਔਰ ਰਾਜੇ ਸੇਵ ਨਾਵ ਦੇ ਨਗਰ ਵਿਖੇ ਰਿਹਾ, ਸੰਗਲਾ ਦੀਪ ਵਿਖੇ ਭਾਈ ਮਨਸੁਖ ਸਾਹਿਬ ਜੀ ਰਹੇ। ਨਿਤ ਨਾਰੇ ਫਿਕਰ ਜਾਏ ਅਗਾਰਾ, ਭਾਈ ਮਨਸੁਖ ਸਾਹਿਬ ਨਿਤ ਹੀ ਰਾਜੇ ਸੇਵ ਨਾਵ ਦੇ ਘਰ ਜਾਂਦੇ ਹਨ। ਮਹਿਮਾ ਸ੍ਰੀ ਨਾਨਕ ਕੀ ਭਾਖ ਹੈ, ਨਿਤਾ ਪ੍ਰਤੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮਹਿਮਾ ਕਹਿ ਕੇ ਸੁਣਾਉਂਦੇ ਹਨ। ਤਿਉ ਤਿਉ ਨਿਰਪ ਕੋ ਮਨ ਅਭੁਲਖ ਹੈ, ਔਰ ਤਿਉ ਤਿਉ ਰਾਜੇ ਸੇਵ ਨਾਵ ਦੇ ਮਨ ਵਿੱਚ ਵਿਆਕੁਲਤਾ ਵੱਧਦੀ ਜਾਂਦੀ ਦਰਸ਼ਨਾਂ ਦੀ। ਜਬ ਨਿਜ ਬਨਜ ਸਰਬ ਕਰ ਲੀਨਾ, ਜਦੋਂ ਮਨਸੁਖ ਸਾਹ ਨੇ ਸਾਰਾ ਆਪਣਾ ਸੌਦਾ ਪੱਤਾ ਵੇਚ ਲਿਆ। ਕਮਨਿਓ ਨਿਕਟ ਭੂਪ ਪਰਬੀਨਾ, ਪਰਬੀਨ ਚਤੁਰ ਮਨਸੁਖ ਸਾਹ ਰਾਜੇ ਸਿਵ ਨਾਮ ਦੇ ਕੋਲ ਪਹੁੰਚਿਆ। ਬੰਦ ਹੱਥ ਕਹਿ ਦੇਹੋ ਨਦੇਸਾ, ਹੱਥ ਜੋੜ ਕੇ ਬੇਨਤੀ ਕਰਨ ਲੱਗਿਆ, ਹੁਣ ਆਗਿਆ ਦਿਓ ਮੈਨੂੰ। ਚਲਿਓ ਚਹਿ ਤੋਂ ਅਬ ਨਿਜ ਦੇਸਾ, ਮੈਂ ਹੁਣ ਆਪਣੇ ਦੇਸ਼ ਜਾਣਾ ਚਾਹੁੰਦਾ ਹਾਂ। ਸੁਣ ਭੂਪਤ ਨੈ ਕੀ ਨ ਸੁਨੇਹਾ, ਔਰ ਸੁਣ ਕੇ ਰਾਜੇ ਸਿਵ ਨਾਮ ਨੇ ਬਹੁਤ ਪ੍ਰੇਮ ਕੀਤਾ। ਜੈਸੇ ਕਰੈ ਜੀਵ ਸੰਗ ਦੇਹਾ, ਜਿਵੇਂ ਦੇਹ ਜੀਵ ਦੇ ਨਾਲ ਪ੍ਰੇਮ ਕਰਦੀ ਹੈ, ਇਸੇ ਤਰ੍ਹਾਂ ਰਾਜੇ ਸਿਵ ਨਾਭ ਨੇ ਮਨਸੁਖ ਸਾਹ ਦੇ ਨਾਲ ਪ੍ਰੇਮ ਕੀਤਾ। ਕਹਿਤ ਪਯੋ ਉਪਕਾਰ ਸੁਤੇਰੋ, ਰਾਜਾ ਸਿਵ ਨਾਭ ਕਹਿਣ ਲੱਗਿਆ, ਹੇ ਮਨਸੁਖ ਸਾਹ, ਤੇਰਾ ਬਹੁਤ ਵੱਡਾ ਉਪਕਾਰ ਹੈ ਮੇਰੇ ਉੱਪਰ। ਜੇ ਕਿਰਤਾਰਥ ਹੋਵੇ ਤਨ ਮੇਰੋ, ਜੇਕਰ ਮੇਰਾ ਸਰੀਰ ਕਿਰਤਾਰਥ ਹੋ ਗਿਆ, ਨਿਹਾਲ ਹੋ ਗਿਆ, ਕਹਿ ਨਾ ਸਕੋ ਮੈਂ ਤੋਰ ਵਡਾਈ, ਹੇ ਮਨਸੁਖ ਸਾਹ, ਮੈਂ ਤੇਰੀ ਵਡਿਆਈ ਕਹਿ ਨਹੀਂ ਸਕਦਾ। ਜਬੈ ਕਿਰਪਾ ਮਿਲੇ ਮੁਝ ਤਾਈ, ਜਦੋਂ ਕਿਰਪਾਲੂ ਸਤਿਗੁਰੂ ਮੇਰੇ ਤਾਈ ਮਿਲਣਗੇ, ਮੇਰੇ ਪਾਸ ਕਿਰਪਾ ਕਰਕੇ ਆ ਕੇ ਦਰਸ਼ਨ ਦੇਣਗੇ। ਉਤੋ ਨਿਕਟ ਆਵਤ ਪਰਚਾਵਤ, ਔਰ ਤੂੰ ਜਦ ਤੱਕ ਇੱਥੇ ਰਿਹਾ ਮੈਨੂੰ ਆ ਕਰਕੇ ਪਰਚਾਉਂਦਾ ਰਿਹਾ। ਸ੍ਰੀ ਨਾਨਕ ਗੁਣ ਵਰਨ ਸੁਣਾਵਤ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਗੁਣਾਂ ਦਾ ਵਰਣਨ ਕਰਕੇ ਮੈਨੂੰ ਤੂੰ ਸੁਣਾਉਂਦਾ ਰਿਹਾ। ਬਿਨ ਦਰਸ਼ਨ ਮੈਂ ਸਦਾ ਉਦਾਸਾ, ਪਾਤਸ਼ਾਹ ਜੀ ਦੇ ਦਰਸ਼ਨ ਤੋਂ ਬਿਨਾਂ ਮੈਂ ਸਦਾ ਉਦਾਸੀਨ ਰਹਾਂਗਾ। ਤਬ ਹੈ ਆਨ ਪੂਰਹਿ ਮਨ ਆਸਾ, ਗੁਰੂ ਸਾਹਿਬ ਜੀ ਕਦੋਂ ਆ ਕਰਕੇ ਮੇਰੇ ਮਨ ਦੀ ਆਸਾ ਪੂਰਨ ਕਰਨਗੇ। ਮਨ ਸੁਖ ਧੀਰਜ ਦੀਨ ਬਹੁਤੀ, ਭਾਈ ਮਨਸੁਖ ਸਾਹ ਨੇ ਬਹੁਤ ਹੀ ਦਿਲਾਸਾ ਦਿੱਤਾ ਰਾਜੇ ਸਿਵ ਨਾਭ ਨੂੰ। ਸੁਣ ਹੋ ਨਿਰਪਤ ਤਬ ਮਤ ਅਤ ਪੂਤੀ, ਹੇ ਰਾਜਨ ਸੁਣਨਾ ਕਰੋ, ਤੇਰੀ ਬੁੱਧੀ ਬਹੁਤ ਹੀ ਪੂਤੀ ਨਾਮ ਪਵਿੱਤਰ ਹੈ, ਤੇਰੀ ਨਿਰਮਲ ਬੁੱਧੀ ਹੋ ਗਈ ਹੈ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਾਣੀ ਸੁਣ ਕਰਕੇ। ਹੁਣ ਛੇਤੀ ਹੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੈਨੂੰ ਆਣ ਕੇ ਦਰਸ਼ਨ ਦੇਣਗੇ।
ਸੋ ਸਾਧ ਸੰਗਤ ਜੀ ਇੱਥੇ ਕਥਾ ਵਿਰਾਮ 'ਤੇ ਆ ਗਈ ਹੈ। ਅਗਲੀ ਕਥਾ ਅਗਲੇ ਪ੍ਰਕਰਨ ਅੰਦਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ, ਸਮਾਂ ਸਮਾਪਤ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਬਿਨ ਦਰਸ਼ਨ ਮੈਂ ਸਦਾ ਉਦਾਸਾ, ਕਬ ਹੈ ਆਨ ਪੂਰੇ ਮਨ ਆਸਾ। ਮਨ ਸੁਖ ਧੀਰਜ ਦੀਨ ਬਹੁਤੀ, ਸੁਣਹੋ ਨਿਰਪਤ ਤਬ ਮਤ ਅਦਭੂਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ।